ਉਮਰ 5 ਸਾਲ ਪੰਜਾਬ ਦੇ ਇਸ ਨਿੱਕੇ ਜਿਹੇ ਸਰਦਾਰ ਨੇ ਉਹ ਕਰ ਦਿਖਾਇਆ ਜਿਸ ਨੂੰ ਕਰਨ ਵੇਲੇ ਹਰ ਕੋਈ ਡਰ ਜਾਂਦਾ ਹੈ। ਤੇਗਬੀਰ ਸਿੰਘ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਤੱਕ ਸਫ਼ਰ ਤੈਅ ਕਰਨ ਵਾਲੇ ਏਸ਼ੀਆ ਦੇ ਸਭ ਤੋਂ ਪਹਿਲੇ ਪਰਬਤਰੋਹੀ। ਛੋਟੇ ਬੱਚੇ ਨੂੰ ਨਾਲ ਲੈ ਕੇ ਜਾਣਾ, ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਜਿਉਂ ਜਿਉਂ ਆਪਾਂ ਉੱਪਰ ਜਾਂਦੇ ਹਾਂ ਉੱਥੇ ਆਕਸੀਜਨ ਦੀ ਜਿਹੜੀ ਮਾਤਰਾ ਹੈ ਉਹ ਘੱਟਦੀ ਰਹਿੰਦੀ ਹੈ ਅਤੇ ਉਹਦੇ ਨਾਲ ਨਜਿੱਠਣ ਦੇ ਲਈ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਸਮਰੱਥਾ ਪੈਦਾ ਕਰਨੀ ਪੈਂਦੀ ਅਤੇ ਨਿਸ਼ਾਨ ਸਾਹਿਬ ਲਹਿਰਾਇਆ ਅਤੇ ਫਿਰ ਇੰਡੀਆ ਦਾ ਟਰਾਈ ਕਲਰ ਵੀ ਲਹਿਰਾਇਆ। ਚੜ੍ਹਦੀ ਕਲਾ ਟਾਈਮ ਟੀ ਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਜਿਹੜੇ ਗੈਸਟ ਹੋਣਗੇ ਜਿਨ੍ਹਾਂ ਨੇ ਅਫਰੀਕਾ ਦੇ ਵਿੱਚ ਸਭ ਤੋਂ ਉੱਚੀ ਚੋਟੀ ਦੇ ਉੱਪਰ ਜਾ ਕੇ ਜਿਹੜਾ ਹੈ ਨਿਸ਼ਾਨ ਸਾਹਿਬ ਲਹਿਰਾਇਆ। ਜੇਕਰ ਗੱਲ ਕੀਤੀ ਜਾਵੇ ਤਾਂ ਕਿਉਂਕਿ ਉੱਥੇ ਆਕਸੀਜਨ ਦੀ ਜਿਹੜੀ ਬੜੀ ਕਮੀ ਹੁੰਦੀ ਹੈ ਵੀ ਇੰਨੀ ਉੱਚੀ ਚੋਟੀ ਦੇ ਉੱਪਰ ਜਾ ਕੇ ਇੰਨਾ ਵੱਡਾ ਨਾਮ ਕਮਾਉਣਾ ਉਹ ਵੀ ਵਰਲਡ ਰਿਕਾਰਡ ਦੇ ਵਿੱਚ, ਤਾਂ ਅੱਜ ਉਹ ਉਹਨਾਂ ਦੇ ਜਿਹੜੇ ਖਾਸ ਤੌਰ 'ਤੇ ਉਹਨਾਂ ਦੇ ਪਿਤਾ ਨੇ ਉਹ ਵੀ ਸਾਡੇ ਵਿੱਚ ਮੌਜੂਦ ਹੋਣਗੇ, ਜਿਹੜਾ ਬੇਟਾ ਉਹਨਾਂ ਦਾ ਤੇਗਵੀਰ ਸਿੰਘ ਉਹ ਵੀ ਜਿਹੜੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਦੇ ਮੌਜੂਦ ਹੋਣਗੇ। ਉਹਨਾਂ ਦੇ ਪਿਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਨਾਲ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਵੀ ਜਿਹੜਾ ਇੰਨਾ ਵੱਡਾ ਸਾਰਾ ਉਹ ਕਿਵੇਂ ਪਾਰ ਕੀਤਾ। ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਿੰਘ ਸਾਹਿਬ, ਪਹਿਲਾਂ ਸਭ ਤੋਂ ਪਹਿਲਾਂ ਦੱਸੋ ਵੀ ਇੰਨੀ ਉੱਪਰ ਚੋਟੀ ਦਾ ਜਾਣ ਦਾ ਮਕਸਦ ਕੀ ਸੀ? ਉਹ ਵੀ ਆਪਣੇ ਛੋਟੇ ਜਿਹੇ 5 ਸਾਲ ਦੇ ਬੱਚੇ ਨੂੰ ਲੈ ਕੇ ਜਾਣਾ, ਕਿੰਨਾ ਕੁ ਜਿਹੜਾ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਮਕਸਦ ਕੀ ਸੀ ਜਾਣ ਦਾ? ਚੋਟੀ ਨੂੰ ਸਰ ਕਰਨਾ, ਮਕਸਦ ਤਾਂ ਇਹੀ ਸੀ। ਜੇ ਤੁਸੀਂ ਪੁੱਛੋ ਕਿ 5 ਸਾਲ ਦੇ ਬੱਚੇ ਨੂੰ ਨਾਲ ਲੈ ਕੇ, ਤਾਂ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਤੁਸੀਂ ਕਿਸੇ ਵੀ ਚੀਜ਼ ਲਈ ਤਿਆਰ ਕਰ ਸਕਦੇ ਹੋ। ਬਿਲਕੁਲ, ਇਹ ਇੱਦਾਂ ਦੇ ਸਾਡੇ ਨਾਲੋਂ ਜ਼ਿਆਦਾ ਸਮਰੱਥਾਵਾਨ ਨੇ, ਸਾਡੇ ਨਾਲੋਂ ਜ਼ਿਆਦਾ ਇਹਨਾਂ ਦੇ ਵਿੱਚ ਐਨਰਜੀ ਹੈ ਅਤੇ ਇਹਨਾਂ ਦੇ ਵਿੱਚ ਅਡੈਪਟੇਬਿਲਟੀ ਬਹੁਤ ਹੈ। ਤੁਸੀਂ ਇਹਨਾਂ ਨੂੰ ਕਿਸੇ ਵੀ ਉਹਦੇ ਲਈ ਚੈਲੇਂਜ ਦੇ ਲਈ ਰੈਡੀ ਕਰਨਾ ਹੋਵੇ ਤਾਂ ਬੱਚੇ ਉਸ ਚੀਜ਼ ਨੂੰ ਬਹੁਤ ਰੈਡੀਲੀ ਅਡੈਪਟ ਵੀ ਕਰਦੇ ਹੈ ਅਤੇ ਉਹਦੇ ਲਈ ਤੁਹਾਡੇ ਨਾਲ ਤੁਰਦੇ ਵੀ ਹੈ, ਬਸ਼ਰਤੇ ਉਹਨਾਂ ਨੂੰ ਲੱਗੇ ਕਿ ਉਹਨਾਂ ਨੂੰ ਕੋਈ ਪਿਆਰ ਦੇ ਨਾਲ ਹੌਂਸਲਾ ਦੇ ਕੇ ਨਾਲ ਲੈ ਕੇ ਜਾ ਰਿਹਾ ਆ। ਸੋ ਤੇਗਵੀਰ ਦੇ ਸੰਬੰਧ ਦੇ ਵਿੱਚ ਵੀ ਇਹੀ ਸੀ। ਤੇਗਵੀਰ ਮੇਰੇ ਨਾਲ ਵੈਸੇ ਵੀ ਸਵੇਰੇ ਜਿੱਦਾਂ ਉੱਠ ਕੇ ਅਸੀਂ ਜਿੰਮ ਜਾਂਦੇ ਹਾਂ ਜਾਂ ਦੌੜ ਲਾਉਣ ਜਾਂਦੇ ਹਾਂ, ਇਹ ਉੱਦਾਂ ਵੀ ਮੇਰੇ ਨਾਲ ਜਾਂਦਾ ਹੈ ਅਤੇ ਉਹ ਸਿਰਫ ਇਹ ਹੈ ਕਿ ਸਾਨੂੰ ਇੱਕ ਗਾਈਡ ਚੰਗੇ ਮਿਲੇ, ਸਾਡੇ ਕੋਚ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਘੁੰਮਣ, ਉਹ ਰਿਟਾਇਰਡ ਹੈਂਡਬਾਲ ਕੋਚ ਨੇ ਅਤੇ ਉਹਨਾਂ ਦੀ ਗਾਈਡੈਂਸ ਦੇ ਅੰਡਰ ਹੀ ਉਹਨਾਂ ਨੇ ਜਿੱਦਾਂ ਤੇਗਵੀਰ ਨੂੰ ਦੇਖ ਕੇ ਕਿਹਾ ਕਿ ਫਿਜ਼ੀਕਲੀ ਅਤੇ ਮੈਂਟਲੀ ਐਜਾਈਲ ਹੈ, ਇਹਨੂੰ ਪ੍ਰੋਫੈਸ਼ਨਲੀ ਸਾਨੂੰ ਰੈਡੀ ਕਰਨਾ ਚਾਹੀਦਾ ਹੈ। ਉਹਨਾਂ ਨੇ ਸਿਖਲਾਈ ਦੇਣੀ ਸ਼ੁਰੂ ਕੀਤੀ ਅਤੇ ਉਹ ਸਿਖਲਾਈ ਦਾ ਹੀ ਨਤੀਜਾ ਸੀ ਕਿ ਅਸੀਂ ਪਹਿਲਾਂ ਅਪ੍ਰੈਲ ਦੇ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਨੇਪਾਲ ਦੇ ਵਿੱਚ ਅਤੇ ਉਹਦੇ ਤੋਂ ਬਾਅਦ ਹੁਣ ਮਾਊਂਟ ਕਿਲੀਮੰਜਾਰੋ ਜਿਹੜੀ ਕਿ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ, ਅਸੀਂ ਉੱਥੇ ਤੱਕ ਪਹੁੰਚੇ ਅਤੇ ਉਹਨੂੰ ਸਰ ਕਰਨ ਦੇ ਵਿੱਚ ਕਾਮਯਾਬ ਹੋਏ। ਸੁਖਵਿੰਦਰ ਸਿੰਘ ਜੀ, ਇਸ ਤਰ੍ਹਾਂ ਗੱਲ ਕੀਤੀ ਜਾਵੇ, ਤੁਹਾਡਾ ਬੇਟਾ ਜਿਹੜਾ ਉਹ ਵੀ ਨਾਲ ਗਿਆ, ਕਿਉਂਕਿ ਅਕਸਰ ਪਰਿਵਾਰ ਦੇ ਵਿੱਚ ਆਪਾਂ ਜਦੋਂ ਬੈਠਦੇ ਨਾ ਬੜਾ ਡਰ ਹੁੰਦਾ, ਤੁਸੀਂ ਉਸ ਜਗ੍ਹਾ 'ਤੇ ਗਏ ਹੋ ਜਿਹੜੀ ਸਭ ਤੋਂ ਉੱਚੀ ਚੋਟੀ ਹੈ ਜਿੱਥੇ ਆਕਸੀਜਨ ਦੀ ਬੜੀ ਕਮੀ ਹੁੰਦੀ ਹੈ, ਫਿਰ ਇਸ ਨੂੰ ਕਿਵੇਂ ਮੇਨਟੇਨ ਕੀਤਾ ਵੀ ਛੋਟੇ ਬੱਚੇ ਨੂੰ ਨਾਲ ਲੈ ਕੇ ਜਾਣਾ, ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਦੇਖੋ, ਜਦੋਂ ਆਪਾਂ ਉੱਚੀਆਂ ਚੋਟੀਆਂ 'ਤੇ ਜਾਂਦੇ ਹਾਂ ਉੱਥੇ ਜਾ ਕੇ ਇੱਕ ਜਿਹੜਾ ਸਭ ਤੋਂ ਵੱਡਾ ਡਰ ਇਹੀ ਹੁੰਦਾ ਕਿ ਜਿਉਂ ਜਿਉਂ ਆਪਾਂ ਉੱਪਰ ਜਾਂਦੇ ਹਾਂ ਉੱਥੇ ਆਕਸੀਜਨ ਦੀ ਜਿਹੜੀ ਮਾਤਰਾ ਹੈ ਉਹ ਘੱਟਦੀ ਰਹਿੰਦੀ ਹੈ ਅਤੇ ਉਹਦੇ ਨਾਲ ਨਜਿੱਠਣ ਦੇ ਲਈ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਸਮਰੱਥਾ ਪੈਦਾ ਕਰਨੀ ਪੈਂਦੀ ਹੈ, ਸਰੀਰ ਦੀ ਅਡੈਪਟੇਬਿਲਟੀ ਨੂੰ ਵਧਾਉਣਾ ਪੈਂਦਾ ਆ ਅਤੇ ਉਹਦੇ ਲਈ ਐਕਸਰਸਾਈਜ਼ ਹੁੰਦੀ ਹੈ, ਉਹਦੇ ਲਈ ਤੁਸੀਂ ਆਪਣੀ ਖੁਰਾਕ ਨੂੰ ਸੰਤੁਲਿਤ ਕਰਦੇ ਹੋ,
ਉਹਦੇ ਲਈ ਤੁਸੀਂ ਆਪਣੇ ਸਰੀਰ ਨੂੰ ਇਸ ਤਰੀਕੇ ਬਣਾਉਂਦੇ ਹੋ ਕਿ ਤੁਹਾਨੂੰ ਉਹ ਸਮੱਸਿਆ ਨਾ ਆਵੇ, ਅਤੇ ਜਾਂ ਜੇ ਉਹਦਾ ਤੁਹਾਡੇ 'ਤੇ ਅਸਰ ਹੋਵੇ ਵੀ ਤਾਂ ਉਹ ਬਹੁਤ ਘੱਟ ਹੋਵੇ। ਸੋ ਮੈਂ ਉਹੀ ਕਹਿ ਤੁਹਾਨੂੰ ਦੱਸਿਆ ਕਿ ਜਿਵੇਂ ਕੋਚ ਨੇ, ਕੋਚ ਦੀ ਗਾਈਡੈਂਸ ਆ ਜਿਹੜੀ ਉਹ ਬਹੁਤ ਮੈਟਰ ਕਰਦੀ ਹੈ ਇਸ ਮਾਮਲੇ ਦੇ ਵਿੱਚ, ਅਤੇ ਅਸੀਂ ਆਪਣੇ ਕੋਚ ਸਾਹਿਬ ਦਾ ਇਸੇ ਕਰਕੇ ਹਰ ਉਹਦੇ 'ਤੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਕਸਰਤਾਂ ਹੀ ਉਹ ਕਰਾਈਆਂ ਜਿਹਦੇ ਨਾਲ ਸਾਡੀ ਕਾਰਡੀਓਵੈਸਕੂਲਰ ਸਟਰੈਂਥ ਇਨਕਰੀਜ਼ ਹੋਈ, ਸਾਡੀ ਲੰਗ ਕਪੈਸਿਟੀ ਇਨਕਰੀਜ਼ ਹੋਈ, ਅਤੇ ਤਕਰੀਬਨ ਅਸੀਂ 6000 ਮੀਟਰ ਦੇ ਲਾਗੇ ਜਾਇਆ ਹੈ, ਅਤੇ ਉਹ ਇੰਨੀ ਉਚਾਈ ਦੇ ਉੱਤੇ ਜਾ ਕੇ ਵੀ ਨਾ ਤੇਗਵੀਰ ਨੂੰ ਅਤੇ ਨਾ ਮੈਨੂੰ ਸਾਨੂੰ ਕਿਤੇ ਵੀ ਆਰਟੀਫਿਸ਼ਲ ਆਕਸੀਜਨ ਦੀ ਲੋੜ ਨਹੀਂ ਪਈ। ਨੋ ਡਾਊਟ ਅਸੀਂ ਬੈਕਅਪ ਨਾਲ ਲੈ ਕੇ ਗਏ ਸੀ ਕਿ ਜੇ ਲੋੜ ਪੈਂਦੀ ਹੈ, ਅਤੇ ਪਰ ਸਾਨੂੰ ਕਿਤੇ ਵੀ ਉਹਦੀ ਰਿਕੁਆਇਰਮੈਂਟ ਆਈ ਨਹੀਂ ਸਾਨੂੰ, ਅਤੇ ਸਾਡੇ ਸਰੀਰ ਨੇ ਵੀ ਕਿਤੇ ਇੱਦਾਂ, ਅਸੀਂ ਕਿਤੇ ਬਹੁਤ ਤੰਗੀ 'ਚ ਨਹੀਂ ਆਏ ਸਿਹਤ ਪੱਖੋਂ ਕਿ ਇੰਨੀ ਹਾਈਟ 'ਤੇ ਜਾਣ ਦੇ ਬਾਵਜੂਦ ਵੀ। ਹਾਂ, ਚੁਣੌਤੀਆਂ ਸੀ ਕਿਉਂਕਿ 6000 ਮੀਟਰ ਦਾ ਉੱਚਾ ਪਹਾੜ ਹੈ, ਅਫਰੀਕਾ ਮਹਾਂਦੀਪ ਦੀ ਉੱਚੀ ਚੋਟੀ ਹੈ, ਉੱਥੇ ਦੀ ਟੋਪੋਗ੍ਰਾਫੀ ਬਿਲਕੁਲ ਵੱਖਰੀ ਸੀ, ਅਤੇ ਬਹੁਤ ਜ਼ਿਆਦਾ ਸਟੀਪ ਉਹਦੀ ਜਿੱਦਾਂ ਆਪਾਂ ਕਹਿ ਲਈਏ ਕਿ ਕਲਾਈਮ ਸੀ ਉਹਦਾ, ਤਕਰੀਬਨ ਕਿਤੇ ਕਿਤੇ 65-70 ਡਿਗਰੀ ਦੀ ਐਲੀਵੇਸ਼ਨ ਵੀ ਸੀ, ਕਿਤੇ 70-75 ਡਿਗਰੀ ਦੀ ਐਲੀਵੇਸ਼ਨ ਵੀ ਸੀ। ਉਹਦੇ ਉੱਤੇ ਚੜ੍ਹਨਾ ਤੁਹਾਡੇ ਸਰੀਰ ਦੀ ਸਮਰੱਥਾ ਪੂਰੀ ਲੱਗਦੀ ਸੀ ਉਹਦੇ 'ਤੇ, ਪਰ ਤਿਆਰੀ ਨੇ, ਖੁਰਾਕ ਨੇ, ਅਤੇ ਮੈਂ ਐਂਡ 'ਚ ਕਹੂੰਗਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨੇ, ਸਾਰਿਆਂ ਦੀਆਂ ਅਸੀਸਾਂ ਅਰਦਾਸਾਂ ਨੇ ਸਾਨੂੰ ਉਹਦੇ ਲਈ ਉਹਦੇ 'ਚ ਕਾਮਯਾਬ ਕੀਤਾ। ਚਲੋ ਠੀਕ ਹੈ, ਤੁਸੀਂ ਜਿਹੜਾ ਨਾਲ ਗਏ ਹੋ, ਕਿਉਂਕਿ ਬੱਚੇ ਨੂੰ ਲੈ ਕੇ ਜਾਣਾ ਬੜਾ ਔਖਾ ਹੁੰਦਾ, ਰਸਤੇ ਦੇ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ, ਜਿਸ ਤਰ੍ਹਾਂ ਅਸੀਂ ਕਿਹਾ ਆਕਸੀਜਨ ਦੀ ਬੜੀ ਕਮੀ ਹੁੰਦੀ ਹੈ, ਖਾਣਾ ਕਿਵੇਂ ਪ੍ਰੋਵਾਈਡ ਹੋਇਆ ਫਿਰ, ਕਿਉਂਕਿ ਸਪੈਸ਼ਲ ਕੋਈ ਖਾਣਾ ਲੈ ਕੇ ਗਏ ਹੋ, ਜਾਂ ਫਿਰ ਕੋਈ ਇਹਦੇ ਵਾਸਤੇ ਕੋਈ, ਕਿਉਂਕਿ ਸਿਹਤ ਵੀ ਖਰਾਬ ਹੋ ਸਕਦੀ ਸੀ ਬੱਚੇ ਦੀ, ਮਨ ਦੇ 'ਚ ਡਰ ਵੀ ਰਹਿੰਦਾ ਸੀ ਆਪਾਂ ਇੰਨੀ ਉੱਚੀ ਉਚਾਈ ਦੇ ਉੱਪਰ ਜਾ ਰਹੇ ਹਾਂ, ਅਤੇ ਉਸ ਨੂੰ ਕਿਵੇਂ ਮੇਨਟੇਨ ਕੀਤਾ? ਨਹੀਂ ਦੇਖੋ, ਜੇ ਮੈਂ ਕਹਾਂ ਖੁਰਾਕ ਦਾ, ਤਾਂ ਉੱਥੇ ਅਸੀਂ ਏਜੰਸੀ ਹਾਇਰ ਕਰਦੇ ਹਾਂ, ਜੋ ਇਹਦਾ ਇੱਕ ਪੈਟਰਨ ਹੁੰਦਾ, ਉਹ ਏਜੰਸੀ ਦੇ ਵਿੱਚ ਤੁਹਾਨੂੰ ਗਾਈਡ ਮਿਲਦੇ ਆ, ਉਹ ਇੱਥੋਂ ਤੁਰਨ ਤੋਂ ਪਹਿਲਾਂ ਹੀ ਸਾਡੀ ਉਹਨਾਂ ਨਾਲ ਰਾਬਤਾ ਹੋ ਜਾਂਦਾ ਆ, ਉਹਦੇ ਵਿੱਚ ਉਹ ਪੁੱਛਦੇ ਆ ਕਿ ਤੁਸੀਂ ਖੁਰਾਕ ਹੁਣ ਲੈ ਕਿਹੜੀ ਰਹੇ ਹੋ, ਅਤੇ ਜਿੱਦਾਂ ਅਸੀਂ ਵੈਜੀਟੇਰੀਅਨ ਹਾਂ, ਅਤੇ ਅਸੀਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਦੱਸਿਆ ਕਿ ਸਾਨੂੰ ਇਹ ਵਾਲੀ ਖੁਰਾਕ ਉੱਥੇ ਮੁਹੱਈਆ ਚਾਹੀਦੀ ਹੈ, ਇਹ ਜਿਹੜੇ 7 ਦਿਨ ਆਪਾਂ ਪਹਾੜ 'ਤੇ ਚੜ੍ਹਨਾ ਆ, ਥੱਲੇ ਉਤਰਨਾ, ਉਹਦੇ ਦੌਰਾਨ ਪੀਣ ਨੂੰ ਆਹ ਚੀਜ਼ਾਂ ਚਾਹੀਦੀਆਂ, ਖਾਣ ਨੂੰ ਆਹ। ਕੋਈ ਸਪੈਸ਼ਲ ਸਪੈਸ਼ਲ ਡਾਈਟ ਹੁੰਦੀ ਹੈ? ਨਹੀਂ, ਕੋਈ ਸਪੈਸ਼ਲ ਨਹੀਂ, ਚੌਲ, ਉਬਲੀਆਂ ਸਬਜ਼ੀਆਂ, ਜੂਸ, ਫਲ ਅਤੇ ਦੁੱਧ, ਬਸ ਇਹੀ, ਇਹਦੇ ਤੋਂ ਇਲਾਵਾ ਕੁਛ ਨਹੀਂ। ਓਕੇ, ਅਤੇ ਜੇ ਆਪਾਂ ਮੌਸਮ ਦੀ ਗੱਲ ਕੀਤੀ ਜਾਵੇ, ਕਿਉਂਕਿ ਉੱਥੇ ਠੰਡ ਬੜੀ ਸੀ, ਫਿਰ ਕਿਵੇਂ ਬੱਚੇ ਨੂੰ, ਕਿਉਂਕਿ ਠੰਡ ਜੇ ਇੱਧਰ ਦੀ ਗੱਲ ਕੀਤੀ ਜਾਵੇ ਤਾਂ ਉੱਧਰ ਦੀ ਠੰਡ ਜਿਹੜੀ ਇੱਕ ਵੱਖਰੀ ਠੰਡ ਹੁੰਦੀ ਹੈ, ਅਤੇ ਬੱਚੇ ਨੇ ਕਿਵੇਂ ਮੇਨਟੇਨ ਕੀਤਾ ਉਹ ਠੰਡ ਨੂੰ, ਕਿਉਂਕਿ ਲੈ ਕੇ ਵੀ ਤੁਸੀਂ 5 ਸਾਲ ਦਾ ਬੱਚਾ ਜਾ ਰਹੇ ਹੋ, ਚਲੋ ਤੁਸੀਂ ਵੱਡੇ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਵੱਡਾ ਜਿਹੜਾ ਪਰਿਵਾਰ ਦਾ ਹੁੰਦਾ ਉਹ ਅਸੈਪਟ ਕਰ ਲੈਂਦਾ, ਪਰ ਛੋਟਾ ਬੱਚਾ ਜਿਹੜਾ ਅਸੈਪਟ ਨਹੀਂ ਕਰ ਸਕਦਾ, ਕਿ ਉਹਨੂੰ ਉਹ ਉਹਦੇ ਦਾ ਐਟਮੋਸਫੀਅਰ ਸੀ ਉਹ ਅਸੈਪਟ ਕਰ ਲਿਆ ਉਹਨੇ? ਹਾਂਜੀ, ਮੈਂ ਤੁਹਾਨੂੰ ਜਿਵੇਂ ਸਰ ਪਹਿਲਾਂ ਵੀ ਦੱਸਿਆ ਕਿ ਜਦੋਂ ਅਸੀਂ ਤਿਆਰੀ ਕੀਤੀ, ਅਸੀਂ ਇਹ ਸਾਰਾ ਕੁਛ ਮੁੱਖ ਰੱਖ ਕੇ ਕੀਤੀ। ਅੱਛਾ, ਸਾਨੂੰ ਪਤਾ ਸੀ ਟੈਂਪਰੇਚਰ ਉੱਥੇ -20, -22, -24 ਡਿਗਰੀ ਤੱਕ ਵੀ ਚਲੇ ਜਾਂਦਾ ਰਾਤ ਦਾ, ਅਤੇ ਤਕਰੀਬਨ ਅਸੀਂ 4-5 ਦਿਨ ਉੱਥੇ ਮਾਈਨਸ ਟੈਂਪਰੇਚਰ 'ਚ ਹੀ ਰਹੇ ਹਾਂ। ਅਤੇ ਇੱਦਾਂ ਨਹੀਂ ਹੁੰਦਾ ਕਿ ਜੇ ਆਪਾਂ ਕਹੀਏ, ਆਪਾਂ ਆਪਣੇ ਇੱਥੇ ਦੇ ਟੈਂਪਰੇਚਰ ਦੇ ਹਿਸਾਬ ਨਾਲ ਸੋਚਦੇ ਹਾਂ ਕਿ ਉੱਥੇ ਜਾ ਕੇ ਤਾਪਮਾਨ ਜਦੋਂ ਇੱਕਦਮ ਮਾਈਨਸ ਵਾਲਾ, ਉਹਦੇ ਵਿੱਚ ਅਸੀਂ ਕਿੱਦਾਂ ਅਡੈਪਟ ਕਰਾਂਗੇ, ਕਿਉਂਕਿ ਅਸੀਂ ਕਦੇ ਉਹਦੇ ਵਿੱਚ ਰਹਿਣ ਦੇ ਆਦੀ ਨਹੀਂ ਹੈਗੇ। ਸਾਡੇ ਇੱਥੇ ਕਦੇ ਵੀ ਜਿਹੜੇ ਤਾਪਮਾਨ ਆ ਮਾਈਨਸ ਦੇ ਵਿੱਚ ਨਹੀਂ ਜਾਂਦੇ, ਪਰ ਜਦੋਂ ਅਸੀਂ ਉੱਥੇ ਜਾਂਦੇ ਹਾਂ ਅਸੀਂ ਇੱਕਦਮ ਉਸ ਤਾਪਮਾਨ ਦੇ ਵਿੱਚ ਲੈਂਡ ਨਹੀਂ ਹੁੰਦੇ। ਉੱਥੇ ਵੀ ਅਸੀਂ ਜਦੋਂ ਥੱਲਿਓਂ ਚੜ੍ਹਾਈ ਸ਼ੁਰੂ ਕੀਤੀ ਹੈ, ਉੱਥੇ 33-34-35 ਡਿਗਰੀ ਸੀ, ਉਹ ਹੌਲੀ ਹੌਲੀ ਜਦੋਂ ਅਸੀਂ ਉੱਪਰ ਜਾਂਦੇ ਹਾਂ ਠੰਡ ਵੱਧਦੀ ਜਾਂਦੀ ਹੈ, ਅਤੇ ਤੁਹਾਡੀ ਬੋਡੀ ਦੀ ਅਡੈਪਟੇਸ਼ਨ ਆ ਜਿਹੜੀ, ਉਹ ਤਿਆਰੀ ਤਾਂ ਤੁਸੀਂ ਸਾਲ ਪਹਿਲਾਂ ਤੋਂ ਕਰ ਰਹੇ ਹੋ,
ਤੁਹਾਡਾ ਸਰੀਰ ਉੱਥੇ ਜਾ ਕੇ ਜਿਉਂ ਜਿਉਂ ਘੱਟ ਤਾਪਮਾਨ ਹੁੰਦਾ ਉਹਦੇ 'ਚ ਆਪਣੇ ਆਪ ਨੂੰ ਅਡੈਪਟ ਕਰਦਾ। ਅਤੇ ਦੂਜਾ ਇਹ ਹੈ ਕਿ ਅਸੀਂ ਉਸ ਹਿਸਾਬ ਦੇ ਨਾਲ ਕੱਪੜੇ ਲੈ ਕੇ ਗਏ ਸੀ। ਸਾਡਾ ਗਾਈਡ ਥੱਲਿਓਂ ਤੁਰਨ ਤੋਂ ਪਹਿਲਾਂ ਦੱਸ ਦਿੰਦਾ ਸੀ ਕਿ ਅੱਜ ਅਸੀਂ ਇੰਨੀ ਹਾਈਟ ਤੱਕ ਪਹੁੰਚਣਾ ਆ, ਉਹਦੇ ਲਈ ਇੰਨੀਆਂ ਲੇਅਰਿੰਗਸ ਆਪਾਂ ਪਾ ਕੇ ਜਾਣੀਆਂ, ਅਤੇ ਇੱਕ ਲੇਅਰ ਅਸੀਂ ਆਪਣੇ ਨਾਲ ਹੈਂਡਬੈਗ 'ਚ ਰੱਖਣੀ ਹੈ, ਜਦੋਂ ਉੱਤੇ ਜਾ ਕੇ ਠੰਡ ਵਧਣੀ ਹੈ ਜਿੱਥੇ ਵੀ ਰੁਕਣਾ ਉੱਥੇ ਇੱਕ ਐਡੀਸ਼ਨਲ ਲੇਅਰ ਆਪਾਂ ਲੈ ਲੈਣੀ ਹੈ। ਅਤੇ ਉੱਥੇ ਜਿਹੜਾ ਰਿਹਾਇਸ਼ ਦਾ ਪ੍ਰਬੰਧ ਹੈ ਉਹ ਹੁੰਦਾ ਸੀ ਟੈਂਟ ਦੇ ਵਿੱਚ, ਅਤੇ ਟੈਂਟ ਦੇ ਅੰਦਰ ਤੁਹਾਨੂੰ ਠੰਡ ਲੱਗਦੀ ਹੈ, ਹਵਾ ਨਹੀਂ ਲੱਗਦੀ। ਸੋ ਜਦੋਂ ਹਵਾ ਦਾ ਪ੍ਰਭਾਵ ਬਿਲਕੁਲ ਬੰਦ ਹੋ ਜਾਂਦਾ ਅਤੇ ਉਸ ਟਾਈਮ ਦੇ ਉੱਤੇ ਅੰਦਰ ਤੁਸੀਂ ਕੱਪੜੇ ਪਾਏ ਹੁੰਦੇ ਆ, ਤਾਂ ਜਿੱਦਾਂ ਆਪਾਂ ਆਹ ਕਮਰੇ 'ਚ ਬੈਠੇ ਹਾਂ ਇੱਦਾਂ ਹੀ ਲੱਗਦਾ ਆ, ਇੰਨਾ ਕੁਛ ਵੱਖਰਾ ਨਹੀਂ ਲੱਗਦਾ। ਮਕਸਦ ਕੀ ਸੀ ਜਾਣ ਦਾ ਉੱਥੇ? ਕਿਉਂਕਿ ਨਾ ਮੈਂ ਅਕਸਰ ਹੀ ਦੇਖਦਾ ਸੀ ਬੜੀਆਂ ਇੰਟਰਵਿਊ ਕੀਤੀਆਂ, ਕੋਈ ਮਾਊਂਟ ਐਵਰੈਸਟ ਦੀ ਚੋਟੀ 'ਤੇ ਚਲਾ ਗਿਆ, ਉਹਨਾਂ ਬੱਚਾ ਵੀ ਗਿਆ, ਵਰਲਡ ਰਿਕਾਰਡ ਵੀ ਦਰਜ ਹੋ ਜਾਂਦਾ, ਮਕਸਦ ਕੀ ਹੁੰਦਾ? ਉਸ ਤੋਂ ਬਾਅਦ ਕੋਈ ਫੇਮ ਲੈਣ ਦੀ ਹੁੰਦਾ ਜਾਂ ਸਪੈਸ਼ਲ ਕੋਈ ਵਰਲਡ ਰਿਕਾਰਡ ਲਈ ਹੁੰਦਾ, ਜਾਂ ਵੀ ਹਾਂ ਬਾਕੀ ਅੱਗੇ ਕੋਈ ਆਪਣਾ ਕੋਈ ਬਿਜ਼ਨਸ ਵਗੈਰਾ ਤੋੜਦਾ ਕੋਈ? ਨਹੀਂ, ਮੈਨੂੰ ਲੱਗਦਾ ਕਿ ਤੁਸੀਂ ਵਪਾਰ ਤੋਰਨ ਦੇ ਲਈ ਜਾਂ ਫੇਮ ਲੈਣ ਦੇ ਲਈ 5 ਸਾਲ ਦੇ ਬੱਚੇ ਨੂੰ ਤਾਂ ਕਿਸੇ ਜੋਖਮ 'ਚ ਨਹੀਂ। ਇਹ ਮੇਰਾ ਬਿਲਕੁਲ ਠੀਕ ਹੈ ਤੁਹਾਡੀ ਗੱਲ। ਅਤੇ ਮੈਨੂੰ ਲੱਗਦਾ ਕਿ ਸਾਡੀ ਆਪਣੀ ਸੰਤੁਸ਼ਟੀ ਦੇ ਲਈ ਹੈ। ਓਕੇ, ਅਤੇ ਦੂਜਾ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਹੈ ਕਿ ਬੱਚਿਆਂ ਨੂੰ ਕੂਲੇ ਰੱਖ ਕੇ ਨਾ ਪਾਲੋ। ਇਹ ਪੰਜਾਬ ਦੀ ਧਰਤੀ ਦੇ ਵਸਨੀਕ ਨੇ, ਇਹਨਾਂ ਨੇ ਪੰਜਾਬ ਦੀ ਧਰਤੀ 'ਤੇ ਗੁਰੂ ਪਾਤਸ਼ਾਹ ਦੀ ਧਰਤੀ 'ਤੇ ਜਨਮ ਲਿਆ ਆ, ਇਹ ਭਚੰਗੀ ਨੇ, ਅਤੇ ਭਚੰਗੀ ਭਚੰਗੀਆਂ ਵਾਂਗੂ ਹੀ ਪਲਣ 'ਤੇ ਜ਼ਿਆਦਾ ਵਧੀਆ। ਇਹ ਨਹੀਂ ਕਿ ਜੇ ਮੈਂ ਅਸੀਂ ਇਹਨਾਂ ਨੂੰ ਥੋੜ੍ਹੇ ਸਖ਼ਤ ਪੈਟਰਨ ਦੇ ਵਿੱਚ ਢਾਲ ਰਹੇ ਹਾਂ ਅਤੇ ਇਹਨਾਂ ਨਾਲ ਕਿਤੇ ਸਾਡਾ ਪਿਆਰ ਘੱਟ ਆ, ਪਰ ਮੈਨੂੰ ਲੱਗਦਾ ਕਿ ਗੁਰੂ ਪਾਤਸ਼ਾਹ ਦੇ ਜਿਹੜੇ ਭਚੰਗੀ ਹੈ ਉਹ ਉੱਦਾਂ ਹੀ ਜਿਉਂਦੇ ਆ, ਪਿਆਰ ਵੀ ਵਾਧੂ ਲੈਂਦੇ ਆ, ਅਤੇ ਪਰ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਡਿਸਿਪਲਨ, ਇਹਨਾਂ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਤਕੜੀ ਰਹੇ, ਚੜ੍ਹਦੀ ਕਲਾ 'ਚ ਰਹਿਣ, ਉਹਦੇ ਲਈ ਇਹ ਸ਼ੁਰੂ ਤੋਂ ਹੀ ਕਠਾਲੀਆਂ ਦੇ ਵਿੱਚ ਢਲਦੇ ਜਾਣ, ਅਤੇ ਉਹ ਸੋਚ ਦੇ ਤਹਿਤ ਹੀ ਮੈਨੂੰ ਲੱਗਦਾ ਕਿ ਪਹਾੜਾਂ ਨਾਲੋਂ ਜ਼ਿਆਦਾ ਵਧੀਆ ਚੀਜ਼ ਕੋਈ ਨਹੀਂ ਜਿੱਥੇ ਤੁਹਾਡੀ ਸਮਰੱਥਾ ਦੀ ਪਰਖ ਹੁੰਦੀ ਹੈ। ਅਤੇ ਪਹਾੜ ਵਾਕਈ ਤੁਹਾਡੀ ਸਮਰੱਥਾ ਨੂੰ ਪਰਖਦਾ, ਪਹਾੜ ਤੁਹਾਡੇ ਸਬਰ ਨੂੰ ਵੀ ਪਰਖਦਾ, ਪਹਾੜ ਤੁਹਾਡੇ ਸਿਦਕ ਨੂੰ ਵੀ ਪਰਖਦਾ, ਪਹਾੜ ਤੁਹਾਡੀ ਸੋਚ ਸਮਰੱਥਾ ਨੂੰ ਵੀ ਪਰਖਦੇ ਹੈ, ਪਹਾੜ ਦੇ ਵਿੱਚ ਲੈਣ ਵਾਲੇ ਫੈਸਲਿਆਂ 'ਚ ਤੁਸੀਂ ਇਕੱਲੇ ਹੁੰਦੇ ਹੋ। ਸਾਡੇ ਕੋਲ ਉੱਥੇ ਕੋਈ ਬਹੁਤ ਰੇਂਜ ਨਹੀਂ ਸੀ ਜਿੱਥੇ ਅਸੀਂ ਰੋਜ਼ ਘਰੇ ਗੱਲ ਕਰਦੇ ਸੀ, ਤਾਂ ਉੱਥੇ ਤਾਂ ਮਿੰਟ ਮਿੰਟ 'ਤੇ ਕਈ ਵਾਰੀ ਮੌਸਮ ਖਰਾਬ ਹੋ ਗਿਆ, ਤੁਸੀਂ ਹਰ ਵੇਲੇ ਮਾਨਸਿਕ ਉਤਾਰ ਚੜ੍ਹਾਅ 'ਚ ਚੱਲਦੇ ਹੋ। ਉੱਥੇ ਆਪਣੇ ਆਪ ਨੂੰ ਜੇ ਤੁਸੀਂ ਸੰਤੁਲਿਤ ਰੱਖਣਾ ਤਾਂ ਉੱਥੇ ਤੁਹਾਡੇ ਕੋਲ ਸਿਰਫ ਇੱਕ ਗੁਰੂ ਪਾਤਸ਼ਾਹ ਦੀ ਬਖਸ਼ੀ ਅਰਦਾਸ, ਅਤੇ ਤੁਹਾਡੇ ਕੋਲ ਇੱਕ ਇਤਿਹਾਸ ਦਾ ਐਡਾ ਵੱਡਾ ਖਜ਼ਾਨਾ ਜਿਹਨੂੰ ਵਿਚਾਰ ਕੇ ਮਨ 'ਚ ਢਾਲ ਕੇ ਤੁਸੀਂ ਤੁਰਦੇ ਜਾਂਦੇ ਹੋ। ਅਤੇ ਜਦੋਂ ਤੁਸੀਂ ਬੱਚੇ ਨੂੰ ਨਾਲ ਲੈ ਕੇ ਜਾਂਦੇ ਹੋ, ਮੈਨੂੰ ਲੱਗਦਾ ਤੁਹਾਡੀ ਸੋਚ ਥੋੜ੍ਹੀ ਜ਼ਿਆਦਾ ਕੇਂਦਰਿਤ ਹੋ ਜਾਂਦੀ ਹੈ, ਤੁਸੀਂ ਬੱਚੇ ਨੂੰ ਵੀ ਉਸ ਹਿਸਾਬ ਨਾਲ ਢਾਲਣਾ ਚਾਹੁੰਦੇ ਹੋ। ਤਾਂ ਜੇ ਮੈਂ ਕਹਾਂ ਕਿ ਮੈਂ ਇਹਨੂੰ ਉਹਦੇ ਵਿੱਚ ਪਹਾੜਾਂ 'ਤੇ ਕਿਉਂ ਲੈ ਕੇ ਗਿਆ, ਤਾਂ ਮੈਨੂੰ ਲੱਗਦਾ ਕਿ ਮੇਰੀ ਜ਼ਿਆਦਾ ਸੰਤੁਸ਼ਟੀ ਵਾਸਤੇ। ਅਤੇ ਫਿਰ ਤੇਗ ਵੀ ਉਹਨੂੰ ਕਿਵੇਂ ਤਿਆਰ ਕੀਤਾ? ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਇਹ ਆਪਣੇ ਆਪ ਤਿਆਰ ਹੋ ਗਿਆ ਸੀ ਕਿ ਤੁਸੀਂ ਤਿਆਰ ਕੀਤਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਫਿਟਨੈਸ ਦੇ ਲਈ ਮੇਰਾ ਇੱਕ ਰੈਗੂਲਰ ਰਜੀਮ ਹੈ, ਉਹ ਤੁਸੀਂ ਗਿਆ ਉਹ ਸ਼ੁਰੂ ਤੋਂ ਟੱਜ ਜਾਂਦੇ ਆ, ਉਹਦੇ ਵਿੱਚ ਇਹ ਮੇਰੇ ਨਾਲ ਆਪ ਜਾਂਦਾ, ਮੈਨੂੰ ਕਦੇ ਇਹਨੂੰ ਉਠਾਉਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਈ। ਓਕੇ, ਇਹ ਸਵੇਰੇ ਆਪ ਮੇਰੇ ਨਾਲ ਉੱਠ ਜਾਂਦਾ ਸੀ, ਇਹ ਜਦੋਂ ਮੈਂ ਨਹੀਂ ਵੀ ਸੀ ਅਜੇ ਸ਼ੁਰੂ ਕੀਤਾ ਉਦੋਂ ਵੀ ਕਹਿ ਦਿੰਦਾ ਸੀ ਕਿ ਤੁਸੀਂ ਇਕੱਲੇ ਨਾ ਜਾਇਆ ਕਰੋ, ਮੈਨੂੰ ਵੀ ਲੈ ਕੇ ਜਾਓ ਨਾਲ, ਤਾਂ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਗਏ ਹੈ ਤਾਂ ਜਿਵੇਂ ਕਹਿੰਦੇ ਕਿ ਰਾਹ ਦਸੇਰਾ ਜਿਹਾ ਹੁੰਦਾ ਆ, ਸਾਡੇ ਆਪਣੇ ਸ਼ਹਿਰ 'ਚੋਂ ਸਾਨਵੀ ਸੂਦ ਹੈ, ਉਹਨੇ ਪਹਿਲਾਂ ਪਹਾੜਾਂ ਦੀਆਂ ਚੋਟੀਆਂ ਸਰ ਕੀਤੀਆਂ ਸੀ, ਉਹਨੇ 7 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ, ਉਹ ਇੰਡੀਆ ਦੀ ਯੰਗੈਸਟ ਕਲਾਈਂਬਰ ਸੀ ਜਿਹੜੀ ਮਾਊਂਟ ਕਿਲੀ ਮੰਜਾਰੋ ਅਤੇ ਮਾਊਂਟ ਐਵਰੈਸਟ ਬੇਸ ਕੈਂਪ ਅਤੇ ਮਾਊਂਟ ਐਲਬਰਸ ਤੱਕ ਜਾ ਕੇ ਆਈ ਸੀ।
ਤੇ ਉਹਨੂੰ ਵੀ ਕੋਚ ਸਰਦਾਰ ਬਿਕਰਮਜੀਤ ਸਿੰਘ ਘੁੰਮਣ ਨਹੀਂ ਤਿਆਰ ਕੀਤਾ ਸੀ। ਤੋ ਜਦੋਂ ਉਹਨਾਂ ਨੂੰ ਤੇਗਵੀਰ ਮਿਲਿਆ, ਉਹਨਾਂ ਨੇ ਕਿਹਾ ਕਿ ਤੇਗਵੀਰ ਨੂੰ ਵੀ ਪ੍ਰੋਫੈਸ਼ਨਲੀ ਜੇ ਲੈ ਕੇ ਹੀ ਆ ਰਹੇ ਹੋ, ਫਿਰ ਆਪਾਂ ਇਹਨੂੰ ਤਿਆਰੀ ਪ੍ਰੋਫੈਸ਼ਨਲੀ ਕਰਦੇ ਹਾਂ, ਇਹ ਵੀ ਮਾਊਂਟੇਨਸ 'ਤੇ ਜਾ ਕੇ ਆਵੇ, ਪਹਾੜਾਂ ਦੀਆਂ ਚੋਟੀਆਂ ਸਰ ਕਰ ਸਕਦਾ, ਫਿਰ ਇਹਨੂੰ ਤਿਆਰ ਕਰੋ। ਮੈਨੂੰ ਉਸ ਚੀਜ਼ ਦੇ ਵਿੱਚ ਕੁਛ ਗਲਤ ਲੱਗਿਆ ਨਹੀਂ, ਅਸੀਂ ਇਹਨੂੰ ਉਹਦੇ ਤਹਿਤ ਹੀ ਤਿਆਰ ਕੀਤਾ। ਜਦੋਂ ਉਸ ਦੌਰਾਨ ਤੁਸੀਂ ਜਦੋਂ ਉੱਥੇ ਪਹੁੰਚ ਗਏ ਤਾਂ ਫਿਰ ਪਰਿਵਾਰ ਦੇ ਪਰਿਵਾਰ ਵਾਲਿਆਂ ਨਾਲ ਕਿਵੇਂ ਗੱਲਬਾਤ ਹੁੰਦੀ ਹੈ? ਕਿਉਂਕਿ ਮਾਂ ਜਿਹੜੇ ਪਿੱਛੇ ਮਾਤਾ ਨੇ ਉਹ ਵੀ ਜਿਹੜਾ ਚਿੰਤਾ ਕਰਦੇ, ਉਹਨਾਂ ਵੀ ਬੱਚਾ ਕਿੱਥੇ ਪਹੁੰਚ ਗਿਆ, ਰੋਜ਼ ਡੇਲੀ ਗੱਲਬਾਤ ਹੁੰਦੀ ਸੀ ਉਸ ਦੌਰਾਨ? ਹਾਂ, ਗੱਲਬਾਤ ਹੋ ਜਾਂਦੀ ਸੀ। ਇੱਕ ਤਾਂ ਜਿੱਥੇ ਕਿਤੇ ਵੀ ਉੱਥੇ ਰੇਂਜ ਆਉਂਦੀ ਸੀ ਅਤੇ ਉਹ ਸਾਡੇ ਗਾਈਡ ਦੱਸ ਦਿੰਦੇ ਸੀ ਕਿ ਇੱਥੇ ਰੇਂਜ ਹੈਗੀ ਆ, ਜੇ ਗੱਲ ਕਰਨੀ ਚਾਹੁੰਦੇ ਹੋ ਤਾਂ ਕਰ ਲਓ। ਦਿਨ 'ਚ ਇੱਕ ਵਾਰ ਹੋ ਜਾਂਦੀ ਸੀ। ਜਦੋਂ 2 ਕੁ ਦਿਨ ਉੱਪਰ ਜ਼ਿਆਦਾ ਚਲੇ ਗਏ, ਉੱਥੇ ਨਹੀਂ ਵੀ ਸੀ ਤਾਂ ਉੱਥੇ ਸੈਟੇਲਾਈਟ ਫੋਨ ਰਾਹੀਂ ਸੁਨੇਹਾ ਲਾ ਦਈਦਾ ਸੀ ਕਿ ਅਸੀਂ ਪਹੁੰਚ ਗਏ ਹਾਂ, ਅਗਲੇ ਟਿਕਾਣੇ 'ਤੇ ਪਹੁੰਚ ਗਏ ਹਾਂ, ਬਾਕੀ ਫਿਰ ਕੱਲ੍ਹ ਗੱਲ ਕਰ ਲਵਾਂਗੇ। ਉੱਥੇ ਇੰਨੀ ਕੀ ਹੁੰਦੀ ਸੀ, ਇਹਦੇ ਤੋਂ ਜ਼ਿਆਦਾ ਗੱਲਬਾਤ ਬਹੁਤ ਹੁੰਦੀ ਨਹੀਂ ਸੀ। ਪੂਰੀ ਜਿਹੜੀ ਜਾਣਕਾਰੀ ਆ ਉਹ ਅਸੀਂ ਲੈ ਰਹੇ ਹਾਂ ਵੀ ਇੰਨੀ ਉੱਪਰ ਚੋਟੀ ਦੇ ਉੱਪਰ ਗਏ ਕਿਵੇਂ, ਕਿੰਨਾ ਸਮਾਂ ਲੱਗਿਆ, ਸਾਰਾ ਪ੍ਰੋਸੈਸ ਕੀ ਸੀ? ਜਦੋਂ ਉੱਥੇ ਚੋਟੀ 'ਤੇ ਪਹੁੰਚ ਗਏ ਤਾਂ ਮਨ ਨੂੰ ਕੀ ਲੱਗਿਆ ਵੀ ਹਾਂ ਜਿਹੜਾ ਮਿਸ਼ਨ ਲੈ ਕੇ ਚੱਲੇ ਸੀ ਉਹ ਮਿਸ਼ਨ ਪਾਸ ਹੋ ਗਿਆ, ਕੀ ਮਨ ਦੇ ਵਿੱਚ ਕੀ ਆਇਆ ਸੀ ਫਿਰ? ਹਾਂ, ਜਿਸ ਚੀਜ਼ ਦੇ ਲਈ ਤੁਸੀਂ 1 ਸਾਲ ਤੋਂ ਜ਼ਿਆਦਾ ਮਿਹਨਤ ਕੀਤੀ ਹੋਵੇ ਮਨ ਦੇ ਵਿੱਚ ਉਸ ਚੀਜ਼ ਨੂੰ ਰੱਖ ਕੇ, ਅਤੇ ਤੁਸੀਂ ਬਹੁਤ ਔਕੜਾਂ ਤੋਂ ਬਾਅਦ, ਕਿਉਂਕਿ ਟਰੈਕ ਬਹੁਤ ਜ਼ਿਆਦਾ ਔਖਾ ਸੀ, ਜੇ ਮੈਂ ਕਹਾਂ ਕਿ ਬਿਲਕੁਲ ਆਰਾਮ ਦੇ ਨਾਲ ਹੋ ਗਿਆ, ਨਹੀਂ ਆਰਾਮ ਦੇ ਨਾਲ ਨਹੀਂ, ਇਹਨੇ ਸਾਡੀ ਬਹੁਤ ਜ਼ਿਆਦਾ ਪ੍ਰੀਖਿਆ ਲਈ ਮਾਨਸਿਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ। ਤੋ ਨੈਚੁਰਲੀ ਤੇਗਵੀਰ, ਉਸ ਤੋਂ ਪਹਿਲਾਂ ਦਾ ਮੈਂ ਥੋੜ੍ਹਾ ਜਿਹਾ ਹਾਲਾਤ ਤੁਹਾਨੂੰ ਦੱਸਦਾ ਕਿ ਅਸੀਂ ਰਾਤ ਨੂੰ ਸਮਿਟ ਪੁੱਛ ਸ਼ੁਰੂ ਕੀਤਾ ਸੀ। ਉੱਥੇ ਕਿਲੀਮੰਜਾਰੋ ਦੇ ਚੋਟੀ 'ਤੇ ਪਹੁੰਚਣ ਦੇ ਲਈ ਜਿਹੜੇ ਲੋਕ ਉੱਥੇ ਸਾਰੇ ਜਾਂਦੇ ਨੇ ਉਹ ਰਾਤ ਨੂੰ ਜਾਂਦੇ ਨੇ, ਅਤੇ ਉਹ ਰਾਤ ਨੂੰ 10-11 ਵਜੇ ਦੇ ਨੇੜੇ ਉਹ ਸਮਿਟ ਪੁੱਛ ਸ਼ੁਰੂ ਹੁੰਦਾ ਆ। ਅਸੀਂ ਵੀ ਉਹਦੇ ਵਿੱਚ ਗਏ, ਬਟ ਕੁਦਰਤੀ ਉਹ 2-3 ਦਿਨਾਂ ਦੇ ਵਿੱਚ ਉੱਥੇ ਬਰਫੀਲਾ ਤੂਫਾਨ ਆਇਆ ਹੋਇਆ ਸੀ, ਜਿਹਦੇ ਨਾਲ ਤਾਪਮਾਨ ਬਹੁਤ ਜ਼ਿਆਦਾ ਥੱਲੇ ਗਿਰਿਆ ਅਤੇ -24-25 ਡਿਗਰੀ ਤੱਕ ਚਲਾ ਗਿਆ ਸੀ। ਅਤੇ ਅਸੀਂ ਵੀ ਸਾਰੇ ਜਿੱਦਾਂ ਜਾਂਦੇ ਆ ਰਾਤ ਨੂੰ, ਅਸੀਂ ਵੀ ਬੱਚੇ ਦੇ ਨਾਲ ਰਾਤ ਨੂੰ ਹੀ ਸਮਿਟ ਪੁੱਛ ਸ਼ੁਰੂ ਕੀਤਾ। ਹੋਇਆ ਇਹ ਕਿ ਤਕਰੀਬਨ 2-2.5 ਘੰਟੇ ਤੁਰਨ ਤੋਂ ਬਾਅਦ ਹੀ ਤੇਗਵੀਰ ਨੂੰ ਠੰਡ ਲੱਗਣੀ ਸ਼ੁਰੂ ਹੋਈ, ਅਤੇ ਠੰਡ ਹੈ ਹੀ ਬਹੁਤ ਜ਼ਿਆਦਾ ਸੀ। ਤੋ ਨੋ ਡਾਊਟ ਅਸੀਂ ਆਪਣੇ ਜਿੱਦਾਂ ਸਾਨੂੰ ਐਡਵਾਈਜ਼ ਕੀਤਾ ਗਿਆ ਸੀ, ਸਲਾਹ ਦਿੱਤੀ ਗਈ ਸੀ, ਤਕਰੀਬਨ 7 ਲੇਅਰਾਂ ਉੱਪਰ ਸੀ, 4 ਲੇਅਰਾਂ ਲੱਤਾਂ 'ਤੇ ਸੀ, 3 ਲੇਅਰ ਉਹਨਾਂ ਦੀਆਂ ਸੌਕਸ ਦੀਆਂ ਤੁਹਾਡੇ ਪੈਰਾਂ 'ਤੇ ਸੀ, ਅਤੇ ਫਿਰ ਸਿਰ ਨੂੰ ਚੰਗੀ ਤਰ੍ਹਾਂ ਢੱਕਿਆ ਹੋਇਆ ਸੀ। ਪਰ ਉਹਦੇ ਬਾਵਜੂਦ ਵੀ ਠੰਡ ਲੱਗਣੀ ਸ਼ੁਰੂ ਹੋਈ, ਅਤੇ ਪਹਿਲਾਂ ਪੈਰਾਂ ਨੂੰ, ਲੱਤਾਂ ਨੂੰ, ਫਿਰ ਇਹਦੇ ਹੱਥਾਂ ਨੂੰ, ਅਸੀਂ ਉਹਦਾ ਨਾਲ ਦੀ ਨਾਲ ਤਿਮਾਰਦਾਰੀ ਕਰਦੇ ਰਹੇ। ਪਰ ਅੰਤ ਦੇ ਵਿੱਚ ਇਹ ਡਿਸਾਈਡ ਹੋਇਆ 4 ਘੰਟੇ ਤੁਰਨ ਤੋਂ ਬਾਅਦ ਕਿ ਰਾਤ ਨੂੰ ਟਰੈਕ ਲੱਗ ਨਹੀਂ ਸਕਦਾ, ਅਤੇ ਗਾਈਡ ਨੇ ਵੀ ਕਿਹਾ ਕਿ ਆਪਾਂ ਫਿਰ ਟਰਾਈ ਕਰਾਂਗੇ ਜਾਂ ਆਪਾਂ ਥੱਲੇ ਜਾਵਾਂਗੇ, ਬੱਚੇ ਦੇ ਨਾਲ ਇਹ ਪੋਸੀਬਲ ਹੋਣਾ ਨਹੀਂ। ਅਤੇ ਅੰਤ ਦੇ ਵਿੱਚ ਸਾਨੂੰ ਤੇਗਵੀਰ ਨੂੰ ਮੁੱਖ ਰੱਖਦੇ ਹੋਏ ਸਾਨੂੰ ਥੱਲੇ ਉੱਤਰ ਕੇ ਆਉਣਾ ਪਿਆ। 4 ਘੰਟੇ ਚੜ੍ਹਨ ਤੋਂ ਬਾਅਦ ਫਿਰ ਦੁਬਾਰਾ ਵਾਪਸ, ਅਸੀਂ ਦੁਬਾਰਾ ਆਪਣੇ ਬੇਸ ਕੈਂਪ ਦੇ ਵਿੱਚ ਆਪਣੇ ਟੈਂਟ ਦੇ ਵਿੱਚ ਵਾਪਸ ਆਏ, ਅਤੇ ਸਾਡਾ ਜਿਹੜਾ ਰਾਤ ਦਾ ਸਮਿਟ ਸੀ ਉਹ ਫੇਲ ਹੋ ਗਿਆ। ਅਤੇ ਉਹਦੇ ਤੋਂ ਬਾਅਦ ਦੇ ਵਿੱਚ ਉਸ ਰਾਤ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ, ਸਿਰਫ 2 ਜਣੇ ਸਮਿਟ ਲਾ ਕੇ ਆਏ, ਬਾਕੀ ਕਿਸੇ ਤੋਂ ਵੀ ਸਮਿਟ ਲੱਗਿਆ ਨਹੀਂ, ਮੌਸਮ ਇੰਨਾ ਜ਼ਿਆਦਾ ਖਰਾਬ ਸੀ। ਅਤੇ ਅਗਲੇ ਦਿਨ ਤੁਸੀਂ ਇਹ ਕਹੋ ਕਿ ਅਗਲਾ ਦਿਨ ਕੀ, ਉਸੇ ਦਿਨ ਅਸੀਂ ਤੜਕੇ 4 ਵਜੇ ਆਪਣੇ ਟੈਂਟ ਵਿੱਚ ਵਾਪਸ ਆਉਂਦੇ ਹਾਂ। ਤੇਗਵੀਰ ਨੂੰ ਇਹਦਾ ਸੈਚੂਰੇਸ਼ਨ, ਇਹਦੇ ਵਾਈਟਲ ਸਾਰਾ ਕੁਛ ਦੇਖਿਆ, ਇਹ ਬਿਲਕੁਲ ਠੀਕ ਸੀ। ਇਹਨੇ ਸਿਰਫ ਇਹੀ ਕਿਹਾ ਕਿ ਮੈਨੂੰ ਠੰਡ ਲੱਗੀ, ਅਤੇ ਫਿਰ ਸਾਨੂੰ ਲੱਗਿਆ ਕਿ ਸਾਡਾ ਰਾਤ ਨੂੰ ਤੁਰਨ ਵਾਲਾ ਫੈਸਲਾ ਗਲਤ ਸੀ, ਅਤੇ ਸਾਨੂੰ ਇਹ ਚੀਜ਼ ਸਵੇਰੇ ਕਰਨੀ ਚਾਹੀਦੀ ਸੀ।
ਅੱਛਾ ਉੱਥੇ ਮੌਸਮ ਦਾ ਵੀ ਫਰਕ ਹੁੰਦਾ, ਸਵੇਰ ਨੂੰ ਥੋੜ੍ਹਾ ਠੰਡ ਘੱਟ ਜਾਂਦੀ ਹੈ, ਧੁੱਪ ਨਿਕਲ ਆਉਂਦੀ ਹੈ, ਧੁੱਪ ਠੰਡ ਘੱਟ ਜਾਂਦੀ। ਦੂਜੀ ਗੱਲ ਇਹ ਆ ਕਿ ਜੋ ਮੈਂ ਮਹਿਸੂਸ ਕੀਤਾ ਕਿ ਇਹਨੇ ਹੁਣ ਤੱਕ ਜਿੰਨੇ ਵੀ ਟਰੈਕ ਕੀਤੇ ਸੀ ਇਹਨੇ ਸਾਰੇ ਦਿਨ ਦੇ ਕੀਤੇ ਸੀ, ਦਿਨ ਦੇ ਵਿੱਚ ਤੁਹਾਨੂੰ ਦੂਰ ਤੱਕ ਬੱਚੇ ਨੂੰ ਦਿਸਦਾ ਹੁੰਦਾ, ਇੱਕ ਰਵਾਨਗੀ ਜੀ ਹੁੰਦੀ ਹੈ ਟਰੈਕ ਦੇ ਵਿੱਚ, ਤੁਸੀਂ ਪਹਾੜ ਬੱਦਲ ਧੁੱਪ ਸਭ ਕੁਛ ਕੁਦਰਤ ਦੇ ਨਜ਼ਾਰੇ ਆਲੇ ਦੁਆਲੇ ਦੇਖਦੇ ਤੁਰਦੇ ਹੋ, ਮਾਣਦੇ ਤੁਰਦੇ ਹੋ। ਰਾਤ ਨੂੰ ਸਿਰਫ ਉੱਨੀ ਕੁ ਦੂਰ ਤੱਕ ਦਿਸਦਾ ਜਿੰਨੀ ਤੁਹਾਡੇ ਟੋਰਚ ਲੱਗੀ ਹੈ, ਅਤੇ ਰਾਤ ਦੇ ਟਾਈਮ ਸਾਰੇ ਲਾਈਨ ਬਣਾ ਕੇ ਤੁਰਦੇ ਆ ਕਿਉਂਕਿ ਉੱਥੇ ਹੁੰਦਾ ਹੀ 200-250 ਬੰਦਾ ਇੱਕੋ ਟਾਈਮ ਦੇ ਉੱਤੇ ਚੋਟੀ ਵੱਲ। ਅੱਛਾ, ਹੋਰ ਲੋਕ ਉੱਥੇ ਲਗਾਤਾਰ ਜਾ ਰਹੇ ਹੁੰਦੇ? ਲਗਾਤਾਰ ਰਾਤ ਨੂੰ ਜਾ ਰਹੇ ਸੀ। ਅੱਛਾ, ਅਤੇ ਉਹ 200-250 ਬੰਦਾ ਲਗਾਤਾਰ ਤੁਰ ਰਿਹਾ, ਉਹਦੇ ਵਿੱਚ ਕਿਤੇ ਕੋਈ ਰਵਾਨਗੀ ਨਹੀਂ ਹੈ। ਅਤੇ ਮੈਨੂੰ ਇਹ ਲੱਗਿਆ ਜੋ ਮੈਂ ਮਹਿਸੂਸ ਕੀਤਾ ਕਿ ਬੱਚੇ ਨੂੰ ਇੱਕ ਰਵਾਨਗੀ ਚਾਹੀਦੀ, ਇਹ ਦਿਨ ਦੇ ਟਰੈਕ ਦੇ ਵਿੱਚ ਜਿੰਨਾ ਮਰਜ਼ੀ ਥੱਕ ਵੀ ਜਾਵੇ ਇਹਨੂੰ ਇੰਜੋਏ ਕਰਦਾ। ਉੱਥੇ ਸੀਨਰੀ ਹੈ, ਤੁਹਾਨੂੰ ਪੰਛੀ ਦਿਸਦੇ ਆ, ਕਦੇ ਕੋਈ ਜਾਨਵਰ ਵੀ ਦਿਸ ਗਿਆ, ਸਵਾਲ ਪੁੱਛਦਾ ਜਾਂਦਾ ਆ, ਗੱਲਾਂ ਕਰਦਾ ਜਾਂਦਾ ਆ, ਅਤੇ ਅਸੀਂ ਪਹੁੰਚ ਜਾਂਦੇ ਸੀ। ਉੱਥੇ ਜਾਨਵਰ ਵਗੈਰਾ ਦੇਖੇ ਕਿਹੜੇ ਸੀ ਉੱਥੇ, ਕੁਛ ਇੱਦਾਂ ਦਾ ਹੈ? ਉੱਥੇ ਜਾਨਵਰ ਜ਼ਿਆਦਾ ਜਿਹੜੀਆਂ ਉਹਨਾਂ ਦੇ ਵੱਡੇ ਹਾਈ ਅਲਟੀਟਿਊਡ 'ਤੇ ਲੂੰਬੜੀਆਂ ਜਾਂ ਕਾਂ ਬਹੁਤ ਸੀ, ਜੰਗਲੀ ਕਾਂ, ਉਹ ਉਹਨਾਂ ਨੂੰ ਬੇਸਿਕਲੀ ਰੇਵਨਸ ਕਹਿੰਦੇ ਹੈ। ਰੇਵਨਸ ਹੁੰਦੇ ਸੀ ਜਿਹੜੇ ਪੁਰਾਣੇ ਵੇਲਿਆਂ ਦੇ ਵਿੱਚ ਸੁਨੇਹੇ ਜਿਹਦੇ ਰਾਹੀਂ ਭੇਜੇ ਜਾਂਦੇ ਸੀ, ਅਤੇ ਉਹ ਕਾਫੀ ਵੱਡੇ ਕਾਂ ਹੁੰਦੇ ਆ ਉਹਨਾਂ, ਅਤੇ ਉਹਨਾਂ ਨੂੰ ਰੇਵਨਸ ਕਹਿੰਦੇ ਆ। ਉਹ ਬਹੁਤ ਜ਼ਿਆਦਾ ਦਿਸਦੇ ਆ, ਇੱਲਾਂ ਦਿਸਦੀਆਂ ਨੇ ਬਹੁਤ ਜ਼ਿਆਦਾ, ਪੰਛੀ ਕਾਫੀ ਸੀ, ਚਿੜੀਆਂ ਛੋਟੀਆਂ ਛੋਟੀਆਂ ਹਾਈ ਅਲਟੀਟਿਊਡ 'ਤੇ। ਫਿਰ ਡਰ ਨਹੀਂ ਲੱਗਦਾ ਤੇਗ ਵੀ ਉਹਨੂੰ? ਨਹੀਂ ਨਹੀਂ, ਦੇਖ ਕੇ ਇਹ ਉਹਨਾਂ ਬਾਰੇ ਸਵਾਲ ਪੁੱਛਦਾ ਸੀ ਇਹ ਕੀ ਹੈ। ਮੈਂ ਉਹੀ ਕਿਹਾ ਕਿ ਸਾਨੂੰ ਲੱਗਿਆ ਕਿ ਸਾਡਾ ਰਾਤ ਨੂੰ ਜਾਣ ਵਾਲਾ ਡਿਸੀਜਨ ਹੀ ਉਹ ਫੈਸਲਾ ਗਲਤ ਸੀ। ਫਿਰ ਉਹਦੇ ਤਹਿਤ ਹੀ ਅਸੀਂ ਕਹਿ ਲਓ ਕਿ ਹਿੰਮਤ ਜੁਟਾ ਕੇ, ਅਰਦਾਸ ਕਰਕੇ, ਹੌਸਲੇ ਦੇ ਨਾਲ ਇਹਨੇ ਨੂੰ ਪੁੱਛ ਕੇ, ਇਹਦੀ ਇਹਨੇ ਕਿਹਾ ਕਿ ਮੈਨੂੰ ਠੰਡ ਲੱਗੀ, ਹੋਰ ਕੋਈ ਸਮੱਸਿਆ ਹੈ ਨਹੀਂ, ਇਹਦੇ ਨਾਲ ਗੱਲਬਾਤ ਕੀਤੀ, ਚੜ੍ਹਦੀ ਕਲਾ ਸੀ, ਇਹਨੂੰ ਪੁੱਛਿਆ ਕਿ ਆਪਾਂ ਸਵੇਰੇ ਜਾਈਏ ਦੁਬਾਰਾ ਉੱਪਰ ਤੱਕ ਪਹੁੰਚ ਕੇ ਆਈਏ, ਇਹਨੇ ਕਿਹਾ ਕਿ ਆਪਾਂ ਚੱਲਦੇ, ਇਹਨੂੰ ਸੜਾ ਦਿੱਤਾ। ਅਸੀਂ 4 ਵਜੇ ਸੁੱਤੇ ਹਾਂ ਅਤੇ 9 ਵਜੇ ਅਸੀਂ ਦੁਬਾਰਾ ਸਮਿਟ ਪੁੱਛ ਸਵੇਰੇ ਦੁਬਾਰਾ ਸ਼ੁਰੂ ਕੀਤਾ, ਅਤੇ ਉਹਦੇ ਨਾਲ ਹੀ ਅਸੀਂ ਦੁਬਾਰਾ 4 ਘੰਟਿਆਂ ਬਾਅਦ ਅਸੀਂ ਚੋਟੀ 'ਤੇ ਪਹੁੰਚ ਗਏ। ਤੋ ਜਦੋਂ ਤੁਸੀਂ ਇਹਨਾਂ ਔਕੜਾਂ 'ਚੋਂ ਨਿਕਲ ਕੇ, ਇੱਦਾਂ ਦੇ ਉਤਾਰ ਚੜ੍ਹਾਅ 'ਚੋਂ ਨਿਕਲ ਕੇ ਉਸ ਵੇਲੇ ਪਹੁੰਚਦੇ ਹੋ ਤਾਂ ਸ਼ੁਕਰਾਨਾ ਹੀ ਹੁੰਦਾ ਆ। ਬਿਲਕੁਲ ਬਿਲਕੁਲ, ਧੰਨਵਾਦ ਹੁੰਦਾ ਆ ਸਾਰਿਆਂ ਦੀਆਂ ਅਸੀਸਾਂ ਅਰਦਾਸਾਂ ਜਿਹਨਾਂ ਨੇ ਕੀਤੀਆਂ ਦਿੱਤੀਆਂ, ਅਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਸੀ। ਫਿਰ ਉਹ ਸਾਰੀ ਸਪੋਰਟ ਟੀਮ ਦਾ, ਸਾਡੇ ਗਾਈਡ, ਪ੍ਰੋਪਰ ਟੀਮ ਕਿੰਨੇ ਕੁ ਮੈਂਬਰ ਤੁਹਾਡੇ ਨਾਲ ਗਏ ਸੀ ਉੱਪਰ ਐਂਡ ਤੱਕ? ਹਾਂ, ਦੇਖੋ ਸਪੋਰਟ ਟੀਮ ਦੇ ਵਿੱਚ 9 ਜਣੇ ਸੀ, ਅਤੇ ਪਰ ਸਾਰੇ ਤੁਹਾਡੇ ਨਾਲ ਟਰੈਕ 'ਚ ਨਹੀਂ ਤੁਰਦੇ, ਟਰੈਕ ਦੇ ਵਿੱਚ ਸਿਰਫ ਤੁਹਾਡੇ ਗਾਈਡ ਤੁਰਦੇ ਆ ਅਤੇ ਨਾਲ ਇੱਕ ਮੈਡੀਕਲ ਪ੍ਰੋਫੈਸਰ। ਸਭ ਤੋਂ ਜਿੱਥੇ ਚੋਟੀ ਤੁਸੀਂ ਸਰ ਕੀਤੀ ਹੈ, ਜਿੱਥੇ ਨਿਸ਼ਾਨ ਸਾਹਿਬ ਜਿਹੜਾ ਤੁਸੀਂ ਲਹਿਰਾਇਆ, ਹਾਂਜੀ, ਉੱਥੇ ਪੂਰੀ ਟੀਮ ਨਹੀਂ ਜਾਂਦੀ? ਨਹੀਂ, ਉੱਥੇ ਟੀਮ ਨਹੀਂ ਪੂਰੀ, ਉੱਥੇ ਉੱਦਣ ਗਏ ਸੀ 5 ਜਣੇ। ਓਕੇ, ਕਿਉਂਕਿ ਉਹਨਾਂ ਦਾ ਇਹ ਸੀ ਕਿ ਅਸੀਂ ਬੱਚੇ ਦੇ ਨਾਲ ਜਾਣਾ ਆ, ਹਾਈ ਬਿਲਕੁਲ ਸਮਿਟ 'ਤੇ ਜਾਣਾ ਆ। ਉਸ ਵੇਲੇ ਫਿਰ ਸਾਰੇ ਜਣੇ, ਸਾਰੇ ਤਾਂ ਸ਼ੁਰੂ ਤੋਂ ਹੀ ਨਹੀਂ ਸੀ ਜਾਂਦੇ, 2 ਗਾਈਡ ਸੀ ਅਤੇ 1 ਸਾਡਾ ਮੈਡੀਕਲ ਪ੍ਰੋਫੈਸ਼ਨਲ ਸੀ। ਉਦਣ ਉਹਨਾਂ ਨੇ 1 ਜਣੇ ਨੂੰ ਹੋਰ ਨਾਲ ਲੈ ਕੇ, ਉਹ ਸਾਰੇ ਐਕਸਪਰਟ ਹੁੰਦੇ ਨੇ, ਪਹਿਲਾਂ ਗਏ ਹੁੰਦੇ ਨੇ ਮਤਲਬ ਉੱਥੇ? ਉਹ ਸਾਰਿਆਂ ਦਾ ਰੈਗੂਲਰ ਕੰਮ ਆ। ਓਕੇ, ਉਹ ਸਾਡੇ ਨਾਲ ਗਏ ਨੇ, ਸਾਡੇ ਤੋਂ ਬਾਅਦ ਉਹ ਕਿਸੇ ਹੋਰ ਨੂੰ ਲੈ ਕੇ ਚਲੇ ਗਏ, ਸਾਡੇ ਤੋਂ ਪਹਿਲਾਂ ਕਿਸੇ ਨਾ ਕਿਸੇ ਨੂੰ ਲੈ ਕੇ ਗਏ ਹੈ, ਅਤੇ ਉਹ ਰੈਗੂਲਰ ਜਾਂਦੇ ਨੇ ਸਮਿਟ 'ਤੇ। ਉਹਨਾਂ ਲਈ ਉਹ ਕੋਈ ਬਹੁਤ ਵੱਡੀ ਚੀਜ਼ ਨਹੀਂ, ਉਹਨਾਂ ਦੇ ਰੋਜ਼ਮਰਾ ਦੇ ਰੂਟੀਨ ਦਾ ਇੱਕ ਹਿੱਸਾ ਹੈ। ਅਤੇ ਫਿਰ ਉਹਨਾਂ ਨੇ ਕਿਹਾ ਨਹੀਂ ਵੀ ਤੂੰ ਸਭ ਤੋਂ ਛੋਟਾ ਬੱਚਾ ਜਿਹੜਾ 5-7 ਦਾ ਲੈ ਕੇ ਆਇਆ, ਜਾਂ ਫਿਰ ਪਹਿਲਾਂ ਵੀ ਕੋਈ ਇੰਨਾ ਇਸ ਤੋਂ ਘੱਟ ਬੱਚਾ ਕੋਈ ਗਿਆ? ਨਹੀਂ, ਇਹਦੇ ਤੋਂ ਪਹਿਲਾਂ ਪਿਛਲੇ ਸਾਲ 8 ਅਗਸਤ ਨੂੰ ਸਰਬੀਆ ਦਾ ਬੱਚਾ ਸੀ, ਉਹ ਵੀ 5 ਸਾਲ ਦੀ ਉਮਰ ਦਾ ਸੀ, ਜਿਹਦਾ ਵਰਲਡ ਰਿਕਾਰਡ ਸੀ, ਜਿਹਦੀ ਬਰਾਬਰੀ ਇੰਡੀਆ ਦਾ ਹੀ ਹੈ। ਉਹ ਸਰਬੀਆ, ਸਰਬੀਆ ਦਾ, ਇੰਡੀਆ ਦਾ ਕੋਈ ਬੱਚਾ ਨਹੀਂ ਅੱਜ ਤੱਕ ਗਿਆ? ਇੰਡੀਆ ਦੇ ਬੱਚੇ ਗਏ ਨੇ, ਬਟ ਉਮਰ ਵੱਡੀ ਹੈ, ਉਮਰ ਵੱਡੀ, ਛੋਟਾ ਬੱਚਾ ਤਾਂ ਕੋਈ ਨਹੀਂ ਗਿਆ? ਨਹੀਂ, ਸਭ ਤੋਂ ਛੋਟਾ ਤੇਗ ਵੀਰ ਹੀ ਹੈ। ਓਕੇ, ਏਸ਼ੀਆ ਦੇ ਵਿੱਚੋਂ ਹੀ ਸਭ ਤੋਂ ਛੋਟਾ ਇਹ ਹੈ।
ਇੰਡੀਆ ਦੇ ਵਿੱਚੋਂ ਜਿਹੜਾ ਪਿਛਲੇ ਸਾਲ ਜਾ ਕੇ ਆਇਆ ਉਹਦੀ ਉਮਰ 7 ਸਾਲ ਦੀ ਹੈ। ਇੰਡੀਆ ਦਾ ਜਿਹੜਾ ਰਿਕਾਰਡ ਸੀ ਉਹ 7 ਸਾਲ ਦਾ। ਅੱਛਾ, ਮੈਨੂੰ ਦੱਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਜਦੋਂ ਤੁਸੀਂ ਉੱਥੇ ਪਹੁੰਚ ਗਏ ਤੁਹਾਡਾ ਵਰਲਡ ਰਿਕਾਰਡ ਜਿਹੜਾ ਬਣ ਗਿਆ, ਇਹ ਵਰਲਡ ਰਿਕਾਰਡ ਫਿਰ ਤੁਸੀਂ ਉੱਥੇ ਜਾ ਕੇ ਦੇਣਾ ਪੈਂਦਾ ਜਾਂ ਥੱਲੇ ਆ ਕੇ ਤੁਸੀਂ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਂ ਫਿਰ ਉਹ ਆਪ ਹੀ ਦੇ ਦਿੰਦੇ ਨੇ? ਨਹੀਂ, ਉੱਥੇ ਸਾਨੂੰ ਇਹ ਤਾਂ ਪਤਾ ਸੀ ਕਿ ਜਿਹੜਾ ਪਹਿਲਾਂ ਬੱਚਾ ਗਿਆ ਸੀ ਉਹ ਵੀ 5 ਸਾਲ ਦੀ ਉਮਰ ਦਾ ਸੀ, ਬਟ ਫਿਰ ਅਸੀਂ ਜਦੋਂ ਦੁਬਾਰਾ ਥੱਲੇ ਉੱਤਰ ਕੇ ਆਏ ਹਾਂ ਅਸੀਂ ਗੇਟ 'ਤੇ ਆ ਕੇ ਸਾਨੂੰ ਸਰਟੀਫਿਕੇਟ ਮਿਲਦੇ ਆ। ਉਹ ਅੱਛਾ, ਉਹ ਦਿੰਦੇ ਨੇ ਉਹ ਗੇਟ ਦੇ ਉੱਤੇ ਆ ਕੇ ਕਿਲੀਮੰਜਾਰੋ ਨੈਸ਼ਨਲ ਪਾਰਕ ਵੱਲੋਂ ਜਿਹੜੇ ਉਹਨਾਂ ਦੇ ਕੰਜ਼ਰਵੇਸ਼ਨ ਕਮਿਸ਼ਨਰ ਨੇ ਉਹਨਾਂ ਵੱਲੋਂ ਸਰਟੀਫਿਕੇਟ ਮਿਲਦਾ। ਅਤੇ ਸਰਟੀਫਿਕੇਸ਼ਨ ਦਾ ਪ੍ਰੋਸੈਸ ਇੱਦਾਂ ਨਹੀਂ ਹੈਗਾ ਕਿ ਅਸੀਂ ਆਪ ਜਾ ਕੇ ਆਏ ਅਤੇ ਉਹਨਾਂ ਨੇ ਥੱਲੇ ਆ ਕੇ ਅਸੀਂ ਕਹਿ ਦਿੱਤਾ ਕਿ ਸਾਨੂੰ ਸਰਟੀਫਿਕੇਟ ਦੇ ਦਿਉ, ਉਹਨਾਂ ਨੇ ਦੇ ਦੇਣਾ। ਉਹਨਾਂ ਨੇ ਬਕਾਇਦਾ ਸਾਡੇ ਤੋਂ ਤਸਵੀਰਾਂ ਲਈਆਂ, ਮੇਰੀ ਇੰਟਰਵਿਊ ਕੀਤੀ, ਤੇਗਵੀਰ ਦੀ ਇੰਟਰਵਿਊ ਕੀਤੀ, ਉਹਦੇ ਤੋਂ ਬਾਅਦ ਜਿਹੜੇ ਸਾਡੇ ਗਾਈਡ ਗਏ ਸੀ ਉਹਨਾਂ ਨੇ ਉਹ ਦੋਨੋਂ ਗਾਈਡ ਦੀਆਂ ਇੰਟਰਵਿਊ ਲਈਆਂ, ਫੋਟੋਜ਼ ਦੇਖਣ ਤੋਂ ਬਾਅਦ ਉਹਦੇ ਤੋਂ ਬਾਅਦ ਜਾ ਕੇ ਉਹਨਾਂ ਨੇ ਸਾਨੂੰ ਉਹ ਸਰਟੀਫਿਕੇਟ ਇਸ਼ੂ ਕੀਤੇ। ਅਤੇ ਉਸ ਟਾਈਮ 'ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਇੰਡੀਆ ਦੇ ਵਿੱਚੋਂ ਅਤੇ ਤੁਹਾਡੇ ਏਸ਼ੀਅਨ ਕੰਟੀਨੈਂਟ ਦੇ ਵਿੱਚੋਂ ਤੁਸੀਂ ਸਭ ਤੋਂ ਛੋਟੀ ਉਮਰ 'ਤੇ। ਓਕੇ, ਬੜਾ ਚੈਲੇਂਜਿੰਗ ਸਮਾਂ ਸੀ, ਉਹ ਤੁਸੀਂ ਪਾਰ ਵੀ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਸਰਟੀਫਿਕੇਟ ਹਾਸਲ ਕਰ ਲਿਆ, ਸਭ ਤੋਂ ਪਹਿਲਾਂ ਤੇਗਵੀਰ ਨੇ ਫੋਨ ਕਿਸ ਨੂੰ ਕੀਤਾ ਜਾਂ ਉਹਦੇ ਪਿਤਾ ਜੀ ਨੇ ਫੋਨ ਕੀ, ਪਰਿਵਾਰ ਦੇ ਮੈਂਬਰਾਂ ਨੇ ਕਿਹਨੂੰ ਫੋਨ ਕੀਤਾ ਵੀ ਹਾਂ ਹੁਣ ਸਾਡਾ ਮਿਸ਼ਨ ਜਿਹੜਾ ਫਤਿਹ ਹੋ ਗਿਆ ਵੀ ਅਸੀਂ ਜਲਦੀ ਘਰ ਵਾਪਸ ਆ ਰਹੇ ਹਾਂ? ਨਹੀਂ, ਇਹ ਤਾਂ ਮੈਂ ਉਹਨਾਂ ਨੂੰ ਉੱਪਰੋਂ ਹੀ ਦੱਸ ਦਿੱਤਾ ਸੀ ਕਿ ਅਸੀਂ ਸਮਿਟ ਲਾ ਲਿਆ। ਜਦੋਂ ਅਸੀਂ ਆਪਣੇ ਕੈਂਪ ਤੱਕ ਵਾਪਸ ਆਏ ਹਾਂ ਉੱਥੇ ਰੇਂਜ ਆਉਂਦੀ ਸੀ। ਓਕੇ, ਉੱਥੇ ਫੋਨ ਚੱਲਦਾ ਸੀ ਉੱਪਰ? ਉੱਥੇ ਜਿੱਦਾਂ ਨਾ ਹਰੇਕ ਪੜਾਅ ਦੇ ਉੱਤੇ ਰੇਂਜਰ ਹਾਊਸ ਨੇ। ਓਕੇ, ਅਤੇ ਜਿਹੜਾ ਬੇਸ ਕੈਂਪ ਦਾ ਰੇਂਜਰ ਹਾਊਸ ਸੀ ਉਹਨਾਂ ਨੇ ਵਾਈਫਾਈ ਸਰਵਿਸ ਦਿੱਤੀ ਹੋਈ ਸੀ ਕਿ ਤੁਸੀਂ 5 ਮਿੰਟ ਲਈ ਵਾਈਫਾਈ ਸਰਵਿਸ ਕੰਪਲੀਮੈਂਟਰੀ ਯੂਜ਼ ਕਰ ਸਕਦੇ ਹੋ। ਅਤੇ ਫਿਰ ਉੱਥੇ ਪਹੁੰਚ ਕੇ ਉੱਥੋਂ ਮੈਂ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਅਸੀਂ ਪਹੁੰਚ ਗਏ ਹਾਂ। ਫਿਰ ਇਹਦੇ ਕੋਚ ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੂੰ ਫੋਟੋਆਂ ਭੇਜੀਆਂ ਕਿ ਅਸੀਂ ਸਮਿਟ ਲਾ ਲਿਆ ਆ ਅਤੇ ਅਸੀਂ ਕੱਲ੍ਹ ਤੱਕ, ਕਿਉਂਕਿ ਗੇਟ 'ਤੇ ਉਸੇ ਵੇਲੇ ਨਹੀਂ ਸੀ ਸਰਟੀਫਿਕੇਟ, ਤਾਂ ਦੂਜੇ ਦਿਨ ਸ਼ਾਮ ਨੂੰ ਮਿਲਿਆ ਹੈ। ਅੱਛਾ, ਉੱਥੋਂ ਥੱਲੇ ਉਤਰਨ ਨੂੰ ਵੀ ਅਜੇ 1.5 ਦਿਨ ਲੱਗਣਾ ਸੀ। ਹਾਂ, ਥੱਲੇ ਸਰ ਕਰ ਥੱਲੇ ਤੱਕ ਆਉਣਾ ਸੀ, ਜਿਹੜਾ 6 ਦਿਨ ਚੜ੍ਹ ਕੇ ਗਏ ਹਾਂ ਤਾਂ 6 ਦਿਨ ਉਤਰਨਾ, 1.5 ਦਿਨ ਤਾਂ ਥੱਲੇ ਉਤਰਨ ਨੂੰ ਵੀ ਲੱਗਦਾ। ਫਿਰ ਅੰਤ ਦੇ ਵਿੱਚ ਅਸੀਂ ਥੱਲੇ ਆਏ ਹਾਂ, ਦੂਜੇ ਦਿਨ ਸਾਨੂੰ ਸਰਟੀਫਿਕੇਟ। ਜਾਣ ਦਾ ਸਮਾਂ ਵੱਧ ਲੱਗਦਾ ਅਤੇ ਆਉਣ ਦਾ ਸਮਾਂ ਘੱਟ ਲੱਗਦਾ ਹੈ, ਕਿਉਂ? ਨੈਚੁਰਲੀ ਤੁਸੀਂ ਥੱਲੇ ਹੀ ਉਤਰਨਾ ਹੈ ਉਸ ਤੋਂ, ਜਿਹੜੀ ਸਾਰਾ ਆਪਾਂ ਸਿੱਧਾ ਆਉਣਾ, ਬਿਲਕੁਲ ਥੱਲੇ ਆਉਣਾ ਹੈ। ਅਤੇ ਜਿਹੜਾ ਥੱਲੇ ਆਉਣ ਦਾ ਰਸਤਾ ਉਹ ਨਹੀਂ ਹੈਗਾ ਜਿਹਦੇ ਰਾਹੀਂ ਤੁਸੀਂ ਉੱਪਰ ਜਾਂਦੇ ਹੋ, ਅਤੇ ਥੱਲੇ ਆਉਣ ਦਾ ਰਸਤਾ ਸਹੀ ਹੈ। ਮੈਂ ਤਾਂ ਉਹਨਾਂ ਨੂੰ ਉੱਥੇ ਹੱਸਦਾ ਸੀ ਤੁਸੀਂ ਸਾਨੂੰ 6 ਦਿਨ ਦੂਜੇ ਰੂਟ ਤੋਂ ਲੈ ਕੇ ਗਏ ਹਾਂ, ਅੱਜ ਇੱਥੋਂ 1.5 ਦਿਨ 'ਚ ਥੱਲੇ ਉਤਰੇ ਹਾਂ, 3 ਦਿਨਾਂ 'ਚ ਇਹਦੇ ਤੁਸੀਂ ਉੱਥੇ ਹੀ ਲੈ ਜਾਂਦੇ, ਅਤੇ ਉਹ ਜ਼ਿਆਦਾ ਵਧੀਆ ਸੀ। ਅਤੇ ਰਸਤਾ ਦੂਜਾ ਸੀ, ਉਹਦੇ ਰਾਹੀਂ ਅਸੀਂ 1.5 ਦਿਨ ਦੇ ਵਿੱਚ ਥੱਲੇ ਆ ਗਏ। ਚਲੋ ਠੀਕ ਹੈ, ਫਿਰ ਉਸ ਤੋਂ ਬਾਅਦ ਜਦੋਂ ਆਪਣੇ ਸ਼ਹਿਰ ਪਹੁੰਚੇ ਤੁਸੀਂ, ਫਿਰ ਹਾਂ ਜਦੋਂ ਲੱਗਿਆ ਵੀ ਹਾਂ ਵੀ ਇੰਨਾ ਵੱਡਾ ਨਾਮ ਹਾਸਲ ਕਰ ਲਿਆ, ਫਿਰ ਕਿਹੜੀ ਕਿਹੜੀ ਸੰਸਥਾਵਾਂ ਨੇ ਸਨਮਾਨ ਕੀਤਾ? ਬਾਕੀ ਹੁਣ ਕਿਸੇ ਉੱਚ ਅਧਿਕਾਰੀਆਂ ਦੇ ਵੱਲੋਂ ਸਨਮਾਨ ਕੀਤਾ ਗਿਆ ਜਾਂ ਫਿਰ ਲੋਕਲ ਲੈਵਲ 'ਤੇ ਹੀ? ਨਹੀਂ, ਦੇਖੋ ਜੇ ਮੈਂ ਕਹਾਂ ਤਾਂ ਸਭ ਤੋਂ ਪਹਿਲਾਂ ਅੰਗਰੇਜ਼ੀ ਅਖਬਾਰ ਟਾਈਮਸ ਆਫ ਇੰਡੀਆ ਨੇ ਖਬਰ ਲਾਈ ਸੀ। ਠੀਕ ਹੈ, ਅਤੇ ਉਹਦੇ ਤੋਂ ਬਾਅਦ ਜੋ ਮੈਨੂੰ ਪਤਾ ਲੱਗਿਆ ਅਤੇ ਮੈਂ ਪੜ੍ਹਿਆ ਵੀ ਕਿ ਪੰਜਾਬ ਦੇ ਡੀ ਜੀ ਪੀ ਪੰਜਾਬ ਪੁਲਿਸ ਉਹਨਾਂ ਨੇ ਸਭ ਤੋਂ ਪਹਿਲਾਂ ਟਵੀਟ ਕਰਕੇ ਤੇਗਵੀਰ ਨੂੰ ਮੁਬਾਰਕਾਂ ਦਿੱਤੀਆਂ, ਇਹ ਬਹੁਤ ਵੱਡੀ ਚੀਜ਼ ਸੀ। ਓਕੇ, ਅਤੇ ਉਹਦੇ ਤੋਂ ਇਲਾਵਾ ਸਾਡੇ ਲੋਕਲ MLA ਦਿਨੇਸ਼ ਚੱਡਾ ਜੀ, ਉਹਨਾਂ ਦਾ ਸਾਥ ਬਹੁਤ ਜ਼ਿਆਦਾ ਰਿਹਾ। ਉਹਨਾਂ ਦਾ ਹੁਣ ਤੋਂ ਨਹੀਂ, ਉਹਨਾਂ ਦਾ ਜਦੋਂ ਤੇਗਵੀਰ ਪਹਿਲਾਂ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗਿਆ ਉਦੋਂ ਜਾਣ ਲੱਗਿਆਂ, ਵਾਪਸ ਆਉਣ ਲੱਗਿਆਂ, ਪਿੱਛੇ ਵੀ ਉਹ ਰਾਬਤੇ 'ਚ ਰਹੇ ਅਤੇ ਹੁਣ ਵੀ ਜਾਣ ਲੱਗਿਆਂ, ਵਾਪਸ ਆਉਣ ਲੱਗਿਆਂ, ਅਤੇ ਹੁਣ ਵੀ ਉਹ ਜਿੱਥੇ ਕਿਤੇ ਵੀ ਸਾਡੇ ਆਪਣੇ ਹਲਕੇ ਦੇ ਵਿੱਚ ਕੋਈ ਵੀ ਸਿਹਤ ਦੇ ਨਾਲ ਸੰਬੰਧਿਤ ਪ੍ਰੋਗਰਾਮ ਹੁੰਦੇ ਹੈ ਉਹਦੇ ਵਿੱਚ ਤੇਗਵੀਰ ਨੂੰ ਉਹ ਬੁਲਾਉਂਦੇ ਹੈ, ਅਤੇ ਨਾਲ ਜਿੱਦਾਂ ਉਹਨਾਂ ਨੇ ਹੱਲਾਸ਼ੇਰੀ ਬਹੁਤ ਜ਼ਿਆਦਾ ਦਿੱਤੀ।
ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵੀ ਅਖਬਾਰ ਦੇ ਰਾਹੀਂ ਮੁਬਾਰਕਬਾਦ ਦਿੱਤੀ। ਅਤੇ ਇਹਦੇ ਤੋਂ ਇਲਾਵਾ ਇਹਦੇ ਆਪਣੇ ਸਕੂਲ ਨੇ, ਸ਼ਿਵਾਲਿਕ ਪਬਲਿਕ ਸਕੂਲ ਰੋਪੜ ਦਾ ਇਹ ਵਿਦਿਆਰਥੀ ਹੈ, ਉਹਨਾਂ ਨੇ ਰੋਟਰੀ ਕਲੱਬ ਰੂਪਨਗਰ, ਉਹਨਾਂ ਨੇ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੱਤੀ। ਇਹਦੇ ਤੋਂ ਇਲਾਵਾ ਹੋਰ ਕਾਫੀ ਸੰਸਥਾਵਾਂ ਸੀ ਜਿਨ੍ਹਾਂ ਨੇ ਤੇਗਵੀਰ ਨੂੰ ਮੁਬਾਰਕਾਂ ਭੇਜੀਆਂ ਅਤੇ ਉਹਨਾਂ ਨੇ ਅਤੇ ਹੁਣ ਅੱਗੇ ਜਾਂਦੇ ਜਾਂਦੇ ਵਾਰੀ, ਕਿਉਂਕਿ ਸਮਾਂ ਬੜਾ ਘੱਟ ਹੈ, ਕੀ ਅੱਗੇ ਹੁਣ ਅੱਗੇ ਕੀ ਪਲੈਨ ਹੈ? ਇੰਨੀ ਉੱਚੀ ਚੋਟੀ ਸਰ ਕਰ ਲਈ, ਹੁਣ ਅੱਗੇ ਬੱਚੇ ਵਾਸਤੇ ਕੀ ਪਲੈਨ ਤਿਆਰ ਕਰ ਰਹੇ ਹੋ? ਕੁਝ ਅੱਗੇ ਕੁਝ ਹੋਰ ਖਾਸ ਕਰਨਾ ਚਾਹੁੰਦੇ ਹੋ? ਚੋਟੀਆਂ ਦੀ ਘਾਟ ਨਹੀਂ ਹੈਗੀ, ਕਿਸੇ ਨਾ ਕਿਸੇ ਹੋਰ ਚੋਟੀ 'ਤੇ ਜਾ ਚੜ੍ਹਾਂਗੇ। ਅੱਛਾ ਜੀ, ਜਦੋਂ ਤਿਆਰੀ ਹੋ ਗਈ। ਓਕੇ, ਉਹ ਪਰ ਇਹਦੇ ਕੋਚ ਡਿਸਾਈਡ ਕਰਦੇ ਨੇ, ਅਸੀਂ ਅਜੇ ਦੁਬਾਰਾ ਕੋਚਿੰਗ 'ਤੇ ਗਏ ਨਹੀਂ, ਸਾਨੂੰ ਆਏ ਨੂੰ ਤਕਰੀਬਨ 10 ਕੁ ਦਿਨ ਹੋ ਗਏ ਹੈ, ਪਰ ਇਹਦੇ ਆਉਂਦਿਆਂ ਦੇ ਪੇਪਰ ਸੀ ਤਾਂ ਹੁਣੇ ਪੇਪਰਾਂ ਦੀ ਤਿਆਰੀ 'ਚ ਰੁੱਝਿਆ ਹੋਇਆ। ਇਹਦੇ ਤੋਂ ਬਾਅਦ ਹੁਣ ਅਗਲੇ ਹਫ਼ਤੇ ਤੋਂ ਦੁਬਾਰਾ ਤੋਂ ਜੋ ਸਾਡਾ ਪਹਿਲਾਂ ਦਾ ਰੁਟੀਨ ਹੁੰਦਾ ਸੀ ਉਹ ਦੁਬਾਰਾ ਸ਼ੁਰੂ ਹੋ ਜਾਏਗਾ, ਫਿਰ ਉਹਦੇ ਤਹਿਤ ਜੋ ਇਹਦੇ ਕੋਚ ਸਾਹਿਬ ਡਿਸਾਈਡ ਕਰਨਗੇ ਅਸੀਂ। ਅੱਛਾ, ਮੈਨੂੰ ਹੋਰ ਦੱਸ ਦਿਓ, ਕਿਉਂਕਿ ਨਾ ਅਕਸਰ ਜਿਹੜੇ ਮਾਪੇ ਹੁੰਦੇ ਨੇ ਬੜਾ ਪਰੇਸ਼ਾਨ ਹੁੰਦੇ ਨੇ ਜਾਂ ਬੱਚਿਆਂ ਨੂੰ ਲੈ ਕੇ ਵੀ, ਸਾਡੇ ਬੱਚੇ ਕੁਛ ਨਹੀਂ ਕਰ ਸਕਦੇ, ਜਿਸ ਤਰ੍ਹਾਂ ਤੁਸੀਂ 5 ਸਾਲ ਦੇ ਬੱਚੇ ਨੂੰ ਇੰਨੀ ਉੱਪਰ ਹਾਈਟ 'ਤੇ ਲੈ ਕੇ ਗਏ ਹੋ, ਉਹਨਾਂ ਮਾਪਿਆਂ ਨੂੰ ਖਾਸ ਤੌਰ 'ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਘਬਰਾਉਣ ਦੀ ਲੋੜ ਨਹੀਂ ਆ, ਵੀ ਤੁਸੀਂ ਵੀ ਮੇਰੇ ਬੱਚੇ ਨੂੰ ਦੇਖ ਲਓ, ਇੰਨੀ ਉੱਚੀ ਜਾਇਆ, ਤੁਸੀਂ ਵੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਓ, ਕੋਈ ਇੱਦਾਂ ਦੀ ਜੇ ਸਿਹਤ ਪ੍ਰਤੀ ਜਾਗਰੂਕ ਹੋਣਾ ਆਪਣਾ ਤਾਂ? ਮੈਨੂੰ ਇਵੇਂ ਲੱਗਦਾ ਕਿ ਮਾਪਿਆਂ ਦੇ ਲਈ ਤਾਂ ਮੈਂ ਇਹੀ ਸੁਨੇਹਾ ਦੇਣਾ ਚਾਹੂੰਗਾ ਕਿ ਬਤੌਰ ਮੈਂ ਆਪ ਇੱਕ ਪਿਤਾ ਹਾਂ ਅਤੇ ਮੈਨੂੰ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਇਸ ਚੀਜ਼ ਦੇ ਲਈ ਕਿ ਬੱਚੇ ਨੂੰ ਗਰੂਮਿੰਗ ਦੇ ਪੱਖੋਂ, ਅਤੇ ਮੇਰਾ ਸੁਨੇਹਾ ਤਾਂ ਇਹੀ ਹੈ ਕਿ ਜਿੱਦਾਂ ਦਾ ਵੀ ਅਸੀਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹਾਂ ਉੱਦਾਂ ਦਾ ਸਾਨੂੰ ਆਪ ਬਣਨਾ ਪਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਹਾਦਰ ਬਣਨ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜ਼ਿੰਦਗੀ ਦੇ ਵਿੱਚ ਸਟਰਗਲ ਨੂੰ ਤਰਜੀਹ ਦੇਣ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਮਿਹਨਤਕਸ਼ ਬਣਨ ਅਤੇ ਉਹ ਗੁਰੂ ਗੁਰੂ ਜਪਦੇ ਆ ਜ਼ਿੰਦਗੀ ਨੂੰ ਬਹੁਤ ਇਮਾਨਦਾਰੀ ਦੇ ਨਾਲ, ਬਹੁਤ ਧੜੱਲੇ ਦੇ ਨਾਲ ਜਿਉਣਾ ਸਿੱਖ ਬੱਚੇ ਸਿੱਖ ਕੇ ਜਿਉਣ, ਤਾਂ ਸਾਨੂੰ ਉਹਦੇ ਲਈ ਕੁਛ ਨਾ ਕੁਛ ਤਾਂ ਆਪ ਵੀ ਕਰਨਾ ਪਏਗਾ। ਬਿਲਕੁਲ, ਅਤੇ ਜਿਵੇਂ ਆਪਾਂ ਪੁਰਾਣੀਆਂ ਕਹਾਵਤਾਂ ਵੀ ਹੁੰਦੀਆਂ ਸੀ ਕਿ ਕੋਕੋ ਦੇ ਬੱਚੇ ਕੋਕੋ ਵਰਗੇ ਨਿਕਲਦੇ ਹੁੰਦੇ ਆ, ਹੈ ਨਾ, ਅਤੇ ਸ਼ੇਰ ਦਾ ਬੱਚਾ ਸ਼ੇਰ ਹੀ ਲੈਣੇਗਾ। ਅਤੇ ਇਹ ਤੁਹਾਡੇ 'ਤੇ ਨਿਰਭਰ ਕਰਦਾ ਕਿ ਤੁਸੀਂ ਆਪਣੇ ਆਉਣ ਵਾਲੇ ਜਾਨਸ਼ੀਨਾਂ ਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਹੋ, ਅਤੇ ਉਹਦੇ ਲਈ ਧੜੱਲਾ, ਉਹਦੇ ਲਈ ਮਿਹਨਤ, ਉਹਦੇ ਲਈ ਅਰਦਾਸ ਅਤੇ ਉਹਦੇ ਲਈ ਸਬਰ, ਇਹ ਸਾਰਿਆਂ ਦੇ ਕੋਲ ਹੋਏਗਾ। ਅਤੇ ਜੇ ਨਹੀਂ ਹੈ ਤਾਂ ਸਤਿਗੁਰੂ ਪਾਸੋਂ ਮੰਗੀਏ ਅਤੇ ਗੁਰੂ ਉਹਦੇ ਨਾਲ ਨਵਾਜੂਗਾ ਅਤੇ ਅਸੀਂ ਉਹ ਮਿਹਨਤ ਬੱਚਿਆਂ 'ਤੇ ਕਰ ਸਕੀਏ, ਤਾਂ ਕਿ ਅਸੀਂ ਜਿੱਦਾਂ ਪੰਜਾਬ ਦੇ ਵਿੱਚ ਅੱਜ ਸਾਡੀ ਪੀੜ੍ਹੀ, ਜਾਂ ਬਹੁਤ ਜ਼ਿਆਦਾ ਆਪਾਂ ਮੰਨ ਕੇ ਚੱਲਦੇ ਹਾਂ ਕਿ ਸਾਡੀ ਪੀੜ੍ਹੀ ਨਸ਼ਿਆਂ 'ਚ ਗਲਤਾਨ ਹੋ ਰਹੀ ਹੈ, ਸਪੋਰਟਸ ਨੂੰ ਛੱਡ ਰਹੀ ਹੈ, ਸਾਡਾ ਜੋ ਕਲਚਰ ਸੀ ਉਹ ਬਿਲਕੁਲ ਵਿਗੜ ਰਿਹਾ, ਅਤੇ ਮੈਨੂੰ ਇਹੀ ਲੱਗਦਾ ਕਿ ਸਾਰੇ ਕਾਸੇ ਨੂੰ ਜੇ ਅਸੀਂ ਠੱਲ ਪਾਉਣੀ ਹੈ ਉਹ ਸ਼ੁਰੂਆਤ ਘਰੋਂ ਹੁੰਦੀ ਹੈ, ਅਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਸ਼ੁਰੂ ਕਰੀਏ। ਜਦੋਂ ਬੱਚਿਆਂ 'ਤੇ ਸਮਾਂ ਦੇਵਾਂਗੇ, ਉਹਨਾਂ ਦੀ ਸਿਹਤ ਵੱਲ ਸਮਾਂ ਦੇਵਾਂਗੇ, ਉਹਨਾਂ ਦੀ ਮਾਨਸਿਕ ਉਸਾਰੀ ਵੱਲ ਸਮਾਂ ਦੇਵਾਂਗੇ, ਤਾਂ ਤੁਹਾਡੇ ਬੱਚੇ ਆਟੋਮੈਟਿਕਲੀ ਚੰਗੇ ਅਤੇ ਮਾੜੇ ਦੇ ਫਰਕ ਨੂੰ ਸਮਝਣ ਲੱਗ ਜਾਣਗੇ ਅਤੇ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਗਲਤ ਰਾਹ 'ਤੇ ਨਹੀਂ ਤੁਰਨਗੇ। ਤਾਂ ਮੇਰਾ ਮਾਪਿਆਂ ਨੂੰ ਇਹ ਸੁਨੇਹਾ ਆ, ਉਵੇਂ ਦੇ ਬਣੋ ਜਿਵੇਂ ਦੇ ਬੱਚੇ ਆਪਾਂ ਚਿਤਵਦੇ ਹਾਂ ਕਿ ਸਾਡੇ ਬੱਚੇ ਬਣਨ। ਠੀਕ ਹੈ ਸੁਖਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇਗਵੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡੇ ਪਰਿਵਾਰ ਨੂੰ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬਿਲਕੁਲ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ, ਕਿਸੇ ਹੋਰ ਫਨਕਾਰ ਦੇ ਨਾਲ, ਕਲਾਕਾਰ ਦੇ ਨਾਲ, ਜਾਂ ਕਿਸੇ ਨੇ ਕੋਈ ਕੰਮ ਕੀਤਾ ਹੋਵੇ, ਜਾਂ ਕਿਸੇ ਨੇ ਕੋਈ ਨਾਮ ਕਮਾਇਆ ਹੋਵੇ, ਉਹਨਾਂ ਦੇ ਨਾਲ ਜਿਹੜਾ ਰੂਬਰੂ ਕਰਾਵਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।